ਸਗਲ ਰਾਜਾ ਸਾਰੀ ਸ੍ਰਿਸ਼ਟੀ ਦਾ ਕੋਈ ਰਾਜਾ ਬਣ ਜਾਏ ਉਹ ਵੀ ਦੁਖੀ ਗਰੀਬ ਨਿਵਾਜ ਇੱਥੇ ਦੇ ਹਿੰਦੁਸਤਾਨ ਦਾ ਰਾਜਾ ਬਣ ਲਈ ਬਸ ਛੇੜੋ ਨਾ ਪੁੱਤ ਹੁਣ ਛੇੜੋ ਨਾ ਛੇੜੋ ਨਾ ਹਿੰਦੁਸਤਾਨ ਦਾ ਰਾਜਾ ਬਣ ਲਈ ਘਰਾਂ ਦੇ ਘਰ ਖੂਬ ਦਿੱਤੇ ਜਾਂਦੇ ਨੇ ਗਲਾਂ 'ਚ ਟਾਇਰ ਪਾ ਕੇ ਲੋਕਾਂ ਨੂੰ ਸਾੜ ਦਿੱਤਾ ਜਾਂਦਾ ਹੈ ਰਾਜਾ ਬਣ ਲਈ ਤੁਸੀਂ ਕਹਿੰਦੇ ਹੋ ਵੀ ਸਾਰੀ ਸ੍ਰਿਸ਼ਟੀ ਦਾ ਕੋਈ ਰਾਜਾ ਬਣ ਜਾਏ ਤਾਂ ਉਹ ਵੀ ਦੁਖੀ ਆ ਅਖੋਏ ਰਾਜ ਵਿੱਚ ਸੁੱਖ ਨਹੀਂ ਰਾਜ ਵਿੱਚ ਨਹੀਂ ਕੁਐਸਚਨ ਮਾਰਕ ਕੁਐਸਚਨ ਮਾਰਕ ਕੀ ਰਾਜ ਵਿੱਚ ਸੁੱਖ ਨਹੀਂ ਕਹਿੰਦੇ ਦੱਸ ਦਿੱਤਾ ਹੈ ਕੋਈ ਇਕੱਲਾ ਇੰਡੀਆ ਦਾ ਰਾਜਾ ਹੀ ਨਾ ਹੋਵੇ ਸਾਰੀ ਸ੍ਰਿਸ਼ਟੀ ਨੌ ਖੰਡ ਪ੍ਰਿਥਵੀ ਦਾ ਕੋਈ ਰਾਜਾ ਬਣ ਜਾਏ ਦੁੱਖ ਉਹਦਾ ਪਿੱਛਾ ਨਹੀਂ ਛੱਡਦੇ ਪਰੇਸ਼ਾਨੀਆਂ ਉਹਦਾ ਪਿੱਛਾ ਨਹੀਂ ਛੱਡਦੀਆਂ ਆਹ ਤੁਹਾਡੀ ਵਿਕਾਸਪੁਰੀ ਦੀ ਸੰਗਤ ਦਿੱਲੀ ਦੀ ਸੰਗਤ ਤੁਹਾਡੀ ਗੋਦ ਵਿੱਚ ਬੈਠੀ ਸਤਿਗੁਰੂ ਗੋਦ 'ਚ ਬੈਠੀ ਤੇਰੀ ਗੋਦ 'ਚ ਬੈਠੀ ਇਹ ਭਾਗਾਂ ਵਾਲੇ ਨੇ ਇਹਨਾਂ ਨੂੰ ਤੂੰ ਬਲਦੀ ਅੱਗ ਵਿੱਚੋਂ ਕੱਢ ਲਿਆ ਐਸੇ ਵੇਲੇ ਬੇਅੰਤ ਲੋਕ ਆ ਜੇਲ੍ਹ 'ਚ ਬੈਠੇ ਬੇਅੰਤ ਲੋਕ ਹਸਪਤਾਲ ਦੇ ਵਿੱਚ ਲੱਤਾਂ ਪੁੱਠੀਆਂ ਟੰਗੀਆਂ ਬਾਹਾਂ ਪੁੱਛੀਆਂ ਟੰਗੀਆਂ ਬੇਅੰਤ ਲੋਕ ਨੇ ਜਿਨ੍ਹਾਂ ਦੇ ਐਕਸੀਡੈਂਟ ਹੋ ਗਏ ਬਾਹਾਂ ਟੁੱਟ ਗਈਆਂ ਤੂੰ ਇਹਨਾਂ 'ਤੇ ਤਰਸ ਖਾਧਾ ਹੈ ਇਹਨਾਂ ਸਾਰੀਆਂ ਧੀਆਂ ਅਤੇ ਵੀਰਾਂ 'ਤੇ ਤੂੰ ਤਰਸ ਖਾਧਾ ਹੈ ਕਿੰਨਾ ਪਿਆਰ ਕੀਤਾ ਤੂੰ ਗੋਦ ਵਿੱਚ ਲੈ ਆ ਗੋਦ 'ਚ ਬੈਠੇ ਤੇਰੀ ਗੋਦ 'ਚ ਬੈਠੇ ਬੜਾ ਧੁਨੀ ਤੱਕ ਜਾ ਕੇ ਆਖੋ ਤੇਰੀ ਕਿੱਡੇ ਵੱਡੇ ਪਾਕ ਨੇ ਅਸੀਂ ਗੋਦ ਵਿੱਚ ਵੇਖ ਕੇ ਤੈਨੂੰ ਪੁੱਛਦੇ ਹਾਂ ਸਾਹਿਬ ਜੀ ਜੇ ਸਾਰੀ ਸ੍ਰਿਸ਼ਟੀ ਦਾ ਰਾਜਾ ਦੁਖੀ ਹੈ ਸੁਖੀ ਕੌਣ ਆ ਅਵਾਸੀਆਂ ਨਾਲ ਉਹ ਭੈਣੋ ਟੀ ਵੀ ਦੇ ਵਿੱਚ ਆਵਾਜ਼ ਆ ਰਹੀ ਹੈ ਰਿਕਾਰਡਿੰਗ ਜਾਣੀ ਮੇਰੀ ਉਹ ਧੀਓ ਸਿੱਧੇ ਹੋ ਕੇ ਬੈਠੋ ਸੁਚੇਤ ਹੋ ਕੇ ਬੈਠੋ ਇੱਕ ਇੱਕ ਚਿਹਰੇ ਨੂੰ ਰਿਕਾਰਡ ਕਰ ਰਿਹਾ ਟੀ ਵੀ ਸੁਚੇਤ ਹੋ ਮੇਰੀਆਂ ਬੱਚੀਆਂ ਮੇਰੇ ਵੀਰ ਗੁਰਸਿੱਖ ਮਹਾਰਾਜ ਸੁਖੀ ਕੌਣ ਆ ਹਰ ਕੋ ਨਾਮ ਜਪਤ ਹੋਏ ਸੁਖੀ ਆ ਸੁਖੀ ਉਹ ਹੈ ਜਿਹੜਾ ਨਾਮ ਜਪਦਾ ਹੈ ਤੁਸੀਂ ਅੱਜ ਸੁਣੋ ਕੱਲ੍ਹ ਸੁਣੋ ਇੱਕ ਜਨਮ ਨੂੰ ਸੁਣਿਓ ਦਸ ਜਨਮ ਨੂੰ ਸੁਣਿਓ ਕਰੋੜ ਜਨਮ ਨੂੰ ਸੁਣਿਓ ਦਸ ਕਰੋੜ ਜਨਮ ਨੂੰ ਸੁਣਿਓ ਇਹ ਤੁਹਾਨੂੰ ਗੱਲ ਸੁਣਨੀ ਪੈਣੀ ਹਰ ਕੋ ਨਾਮ ਜਪਤ ਹੋਏ ਸੁਖੀ ਸੁਖੀ ਉਹ ਹੋਊਗਾ ਜਿਹੜਾ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ 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 ਮੇਰੀਆਂ ਬੱਤੀਆਂ ਸਾਰੇ ਸੁਖ ਢੋਲੀ ਕਿਤਾਬ ਦੇ ਨਾਮ ਜਪੋ ਗੰਦੇ ਸਾਰੇ ਰਾਮ ਦਾ ਦੇਵ ਦਾ ਪ੍ਰਵਾਹ ਇਹ ਸੁਖਾਂ ਦੇ ਸੁਖਾਂ ਦਾ ਇੱਧਰ ਜੋ ਦਿਓ ਇੱਥੇ ਆਓ ਮੇਰੇ ਕੋਲ ਉਹ ਚਿੱਟੀ ਦਸਤਾਰ ਵਾਲੇ ਗੁਰਮੁਖ ਪਿਆਰੇ ਇੱਥੇ ਆਓ ਮੇਰੇ ਕੋਲ ਜਦੋਂ ਨਾਮ ਜਪਣ ਦੀ ਗੱਲ ਆਉਂਦੀ ਮੇਰੀ ਇਹ ਬੱਚੀ ਇਹ ਸੌਣ ਮੇਰੇ ਵੀਰਾ ਸੌਣ ਸਿਆਣਪ ਨਾ ਵਰਤੀ ਨਾਮ ਜਪਣ ਲੱਗਾ ਸਿਆਣਪ ਨਾ ਵਰਤੀ ਤੇਰੀ ਸਿਆਣਪ ਨੇ ਐਸੇ ਕੀੜੇ ਪਾਉਣੇ ਨੇ ਅੱਖ ਵਹੇ ਦਵਾਈ ਵੀ ਉਹ ਹੋਣੀ ਖਾਣੀ ਵੀ ਤੂੰ ਦਵਾਈ ਉਹ ਕੰਮ ਕਰਦੀ ਜਿੱਤੇ ਭਰੋਸਾ ਆਏ ਹਾਏ ਹਾਏ ਵਾਹਿਗੁਰੂ 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 ਦਵਾਈ ਉਹ ਕੰਮ ਕਰਦੀ ਜਿੱਤੇ ਭਰੋਸਾ ਬਣੇ ਅੱਖ ਵਾਹਿਗੁਰੂ ਕੀ ਕਿਹਾ ਦਵਾਈ ਜਿੱਤੇ ਤੂੰ ਤੇ ਮੈਂ ਨਾਲੇ ਜਪਦੇ ਹਾਂ ਨਾਲੇ ਅੰਦਰ ਕੁਐਸਚਨ ਕਰਦੇ ਹਾਂ ਪਤਾ ਨਹੀਂ ਨਾਮ ਜਪਣ ਨਾਲ ਕੁਝ ਹੁੰਦਾ ਹੈ ਕਿ ਨਹੀਂ ਬਸ ਆਹ ਇੱਕ ਤਿੰਨ ਪੈਸੇ ਦਾ ਬੰਦਾ ਆਣ ਕੇ ਜਦੋਂ ਤੈਨੂੰ ਕਹਿੰਦਾ ਹੈ ਨਾਮ ਜਪਣ ਨਾਲ ਕੁਛ ਨਹੀਂ ਹੁੰਦਾ ਤੇਰਾ ਭਰੋਸਾ ਟੁੱਟਦਾ ਹੈ ਬਹੁਤ ਕੱਚਾ ਸੀ ਬਹੁਤ ਕੱਚਾ ਵਿਸ਼ਵਾਸ ਸੀ ਤੇਰਾ ਜਿਹੜਾ ਇੱਕ ਬੰਦੇ ਦੇ ਕਹਿਣ ਨਾਲ ਟੁੱਟ ਗਿਆ ਤੇਰੇ ਨਾਲੋਂ ਉਹ 5 ਸਾਲ ਦਾ ਪ੍ਰਹਲਾਦ ਬੜਾ ਦ੍ਰਿੜ ਸੀ ਅੱਖ ਵਾਹਿਗੁਰੂ
ਆਪਾਂ ਨੂੰ ਵੀ ਕਿਹਾ ਸੀ ਨਾਮ ਛੱਡ ਦੇ ਤੂੰ ਰਾਮ ਕਹਿਣ ਕੀ ਬਾਣ, ਜਿਹਨਾਂ ਨੂੰ ਬਾਣੀ ਆਉਂਦੀ ਬੜਾ ਆਨੰਦ ਜੇ ਆਉਂਦੀ ਹੈ ਬਾਣੀ ਕਿਸੇ ਨੂੰ ਹੱਥ ਖੜਾ ਕਰੋ ਨਹੀਂ, ਤੂੰ ਰਾਮ ਕਹਿਣ ਕੀ ਛੋੜ ਬਾਣ, ਬਾਣ ਮੈਨੂੰ ਦਾ ਆਦਤ, ਬਾਣ ਮੈਨੂੰ ਇਹ ਜਿਹੜੀ ਤੇਰੀ ਰਾਮ ਰਾਮ ਕਰਨ ਦੀ ਆਦਤ ਹੈ ਇਹਨੂੰ ਛੱਡ ਦੇ, ਤੁਝੇ ਤੁਰਤ ਛਡਾਵਾਂ, ਤੁਝੇ ਤੁਰਤ ਛਡਾਵਾਂ, ਇੰਨੇ ਚਿਰ 'ਚ ਤੈਨੂੰ ਛਡਾ ਸਕਦਾ ਮੈਂ, ਮੇਰੋ ਕਹਿਵਾ ਮਾਂ ਮੇਰਾ ਕਹਿਆ ਮਨ ਬੁਲਾਣਾ ਚੜ੍ਹ ਦੇ। ਪੰਜ ਸਾਲ ਦਾ ਇੰਨਾ ਦਿਲ ਸੀ ਸਾਡੇ ਚਿੱਟੇ ਦਾੜੇ, ਕਈ ਵਾਰ ਵੇਖੇ ਜਿਹੜੇ ਕਦੀ ਰੱਬ ਦਾ ਨਾਮ ਜਪਦੇ ਸੀ ਅੱਜ ਨਾਸਤਿਕ ਹੋ ਗਏ, ਜਪਣ ਦੀ ਕੋਈ ਜ਼ਰੂਰਤ ਨਹੀਂ, ਜਪਣ ਦੀ ਕੋਈ ਜ਼ਰੂਰਤ ਨਹੀਂ, ਐਡੀ ਛੇਤੀ। ਫਿਰ ਮੈਂ ਚਰਨ ਧੋ ਕੇ ਪੀਨਾ ਭਗਤ ਪ੍ਰਹਲਾਦ ਤੇਰੇ, ਤੇਰੀ ਪੰਜ ਸਾਲ ਦੀ ਉਮਰ, ਆਖੋ ਵਾਹਿਗੁਰੂ, ਅਤੇ ਤੂੰ ਅੱਗੋਂ ਜਵਾਬ ਦਿੱਤਾ ਨਹੀਂ ਛੋਟ ਉਰੇ ਬਾਬਾ, ਪਤਾ ਲੱਗ ਗਿਆ ਜੀ ਪੰਜ ਸਾਲ ਦੇ ਨੇ ਕੀ ਜਵਾਬ ਦਿੱਤਾ, ਰਾਮ ਨਾਮ ਮੇਰੋ ਔਰ ਪੜ੍ਹਨ ਸਿਓ, ਹੋਰ ਕੁਝ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹੋ ਗੱਲ ਪੜ੍ਹਨੀ, ਵਾਹਿਗੁਰੂ 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 ਕਿਤੇ ਸੰਤ ਡਿੱਗ ਜਾਏ ਨਾ, ਵਾਹਿਗੁਰੂ ਪਹਿਲੇ ਹੀ ਪਾਸ ਹੋ ਜਾਈਏ, ਜਿੰਨੇ ਵਜੇ ਸਾਰਿਆਂ ਨੂੰ ਪਾਸ ਕਰਦਾ, ਸੁਰਤ ਟਕਾਓ ਮੂੰਹ ਤੋਂ ਪਾਓ, ਕੰਨਾਂ ਤੋਂ ਸੁਣੋ ਇਹਨੂੰ ਜੋ ਕਹਿ ਰਹੇ ਹੋ, ਇਹ ਬਚਨ ਕਰ ਰਿਹਾ ਸੀ ਵੀ ਨਾਮ ਵਿੱਚ ਅਤੇ ਆਪਣੇ ਵਿੱਚ ਸਿਆਣਪ ਨਾ ਆਉਣ ਦੇ, ਸਿਆਣਪ ਨੇ ਬੜੇ ਕੀੜੇ ਪਾਏ, ਜਿੰਨੀਆਂ ਉਂਗਲਾਂ ਸਿਆਣਪ ਨੇ ਚੁੱਕੀਆਂ ਰੱਬ ਦੇ ਉੱਤੇ ਭਗਤ ਨੇ ਨਹੀਂ ਚੁੱਕੀਆਂ, ਆਖੋ ਵਾਹਿਗੁਰੂ, ਭਗਤ ਨੇ ਉਹਦੀ ਹੋਂਦ ਨੂੰ ਸਵੀਕਾਰਿਆ ਹੈ, ਆਦਿ ਸੱਚ ਜੁਗਾ ਸੱਚ ਹੈ ਵੀ ਸੱਚ, ਭਗਤ ਨੇ ਉਹਦੀ ਹੋਂਦ ਨੂੰ ਸਿਰ ਮੱਥੇ ਮੰਨਿਆ, ਹੈ ਵੀ
ਹੋਸੀ ਜਾਏ ਨਾ ਜਾਸੀ ਰਚਨਾ ਜਿਨ ਭਗਤ ਨੇ ਉਹਦੀ ਹੋਂਦ ਨੂੰ ਸਾਹਮਣੇ ਵੇਖ ਕੇ ਆਖਿਆ ਹਮੇਸ਼ਾ ਸਲਾਮ ਹੈ ਤੂੰ ਹਮੇਸ਼ਾ ਹੀ ਸਲਾਮਤ ਹੈ ਕੇ ਸਰਬੱਤਰ ਜਾਹੋ ਕੇ ਸਰਬੱਤਰ ਪਾਹੋ ਕੇ ਸਰਬੱਤਰ ਦਿਸ ਹੈ ਕੇ ਸਰਬੱਤਰ ਦਿਸ ਹਰ ਜਗ੍ਹਾ 'ਤੇ ਵੇਖਿਆ ਜਤਰ ਤਰਤਰ ਦਿਸ਼ਾ ਵਿਸ਼ਾ ਹੋਏ ਫੈਲੇ ਇਹ ਭਗਤ ਦੀ ਭਾਸ਼ਾ ਹੈ ਤਰੱਕੀ ਬੰਦੇ ਦੀ ਇਹ ਭਾਸ਼ਾ ਹੈ ਰੱਬ ਕਿੱਥੇ ਆ ਰੱਬ ਕਿੱਥੇ ਆ ਦਿਖਾਓ ਰੱਬ ਕਿੱਥੇ ਆ ਜਿਨ੍ਹਾਂ ਨੂੰ ਦਿਸਿਆ ਜਲ ਥਲ ਮਈਲ ਪੂਰਿਆ ਰਬਿਆ ਵਿੱਚ ਬਣਾ ਜਲਾਂ ਵਿੱਚ ਥਲਾਂ ਵਿੱਚ ਜੰਗਲਾਂ ਵਿੱਚ ਉਹਦਾ ਵਾਸਾ ਹੈ ਦਿਸਿਆ ਹੈ ਜਨ ਨਾਨਕ ਕੋ ਪ੍ਰਭੂ ਦਿਖਾਇਓ ਜਨ ਨਾਨਕ ਕੋ ਪ੍ਰਭੂ ਦਿਖਾਇਆ ਜਲ ਥਲ ਤ੍ਰੈ ਭਵਨ ਰੁੱਖੀ ਜਲ ਥਲ ਤ੍ਰੈ ਭਵਨ ਰੁੱਖੀ ਰੁੱਖਾਂ ਵਿੱਚ ਜਲਾਂ ਵਿੱਚ ਥਲਾਂ ਵਿੱਚ ਜਿਨ੍ਹਾਂ ਨੂੰ ਦਿਖਾਇਆ ਉਹਨਾਂ ਕਿਹਾ ਅਸੀਂ ਵੇਖਿਆ ਹੈ ਜਨ ਨਾਨਕ ਕੋ ਪ੍ਰਭੂ ਦਿਖਾਇਆ ਬੋਲੋ ਭਲਾ ਜਨ ਨਾਨਕ ਕੋ ਫਿਰ ਬੋਲੋ ਜਨ ਨਾਨਕ ਕੋ ਕਿੱਥੇ ਕਿੱਥੇ ਜਲ ਥਲ ਤ੍ਰੈ ਭਵਨ ਰੁੱਖੀ ਰੁੱਖੀ ਹਰ ਜਗ੍ਹਾ 'ਤੇ ਹਰ ਕਣ ਕਣ ਵਿੱਚ ਮੈਂ ਵੇਖਿਆ ਉਹਨੂੰ ਬਸ ਸਿਆਣਪ ਨਾ ਲਿਆਈ ਮੇਰੀ ਇਹ ਬੱਚੀ ਹੈ ਸੋਹਣਾ ਦੋ ਚਾਰ ਪੰਜ ਦਿਮਾਗ ਇਹੋ ਜਿਹੇ ਲੱਗੇ ਨੇ ਜਿਹੜੇ ਪੰਥ ਨੂੰ ਨਾਮ ਤੋਂ ਵੀ ਹਟਾਉਣ 'ਤੇ ਆਵਰ ਨੇ ਬਾਣੀ ਪੜ੍ਹਨ ਤੋਂ ਨਾ ਆਵਰ ਨੇ ਬਾਣੀ ਪੜ੍ਹਨ ਨਾਲ ਕੁਛ ਨਹੀਂ ਹੁੰਦਾ ਗੁਰੂ ਕਿਹਾ ਸਿੱਖਾ ਮੈਂ ਪੁੱਛਿਆ ਸੀ ਇੱਕ ਦਿਨ ਆਪਣੇ ਬਾਪੂ ਨੂੰ ਇਹਨੂੰ ਵੀ ਜਿਹੜਾ ਜਿਹੜਾ ਤੇਰੀ ਸ਼ਰਨ ਵਿੱਚ ਆਉਂਦਾ ਹੈ ਤੁਸੀਂ ਉਹਨੂੰ ਰੱਬ ਨੂੰ ਮਿਲਾ ਦਿੰਦੇ ਹੋ ਮੈਂ ਪੁੱਛਿਆ ਜਿਉਂਦੇ ਜਾਗਦੇ ਪਿਤਾ ਨੇ ਨਾ ਤੁਸੀਂ ਮੰਨਿਓ ਨਾ ਮੰਨਿਓ ਭਰੋਸੇ ਵਾਲੇ ਨੂੰ ਇੱਥੇ ਬੈਠਾ ਰਾਤੀ ਵੀ ਕਿਹਾ ਸੀ ਬਾਬਾ ਤੇਗ ਬਹਾਦਰ ਦਿਸਦਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਇੱਥੇ ਬੈਠਾ ਦਿਸਦਾ ਹੈ ਜਿਹੜੇ ਵੇਖਦੇ ਆ ਪੁੱਛਿਆ ਪਿਤਾ ਜੀ ਤੁਸੀਂ ਜਿਹੜੀ ਜਿਹੜੀ ਮੇਰੀ ਧੀ ਗੁਰਦੁਆਰੇ ਆਉਂਦੀ ਜਿਹੜਾ ਜਿਹੜਾ ਮੇਰਾ ਵੀਰ ਗੁਰਦੁਆਰੇ ਆਉਂਦਾ ਇਹਨਾਂ ਨੂੰ ਤੁਸੀਂ ਰੱਬ ਨੂੰ ਮਿਲਾ ਦਿੰਦੇ ਹੋ ਕਹਿੰਦੇ ਨਹੀਂ ਆਖੋ ਵਾਹਿਗੁਰੂ ਮੈਂ ਨਹੀਂ ਰੱਬ ਨੂੰ ਮਿਲਾਉਂਦਾ ਜੀ ਮਿਲਾਉਣਾ ਮੇਰਾ ਕਰਮ ਨਹੀਂ ਮੈਂ ਕਿਹਾ ਜੀ ਫਿਰ ਤੁਸੀਂ ਲੋਕ ਤਾਂ ਬਹੁਤ ਸਾਰੇ ਬੰਗਲਾ ਸਾਹਿਬ ਜਾਂਦੇ ਸੀਸਗੰਜ ਜਾਂਦੇ ਹਰਿਮੰਦਰ ਸਾਹਿਬ ਜਾਂਦੇ ਮੱਥਾ 'ਤੇ ਤੈਨੂੰ ਹੀ ਟੇਕਦੇ ਜੇ ਤੂੰ ਰੱਬ ਨੂੰ ਨਹੀਂ ਮਿਲਾਉਂਦਾ ਤਾਂ ਫਿਰ ਕੀ ਕਰਦਾ ਹੈ ਮੇਰੇ ਸਾਹਿਬ ਨੇ ਕਿਹਾ ਪਰਮਜੀਤ ਸਿੰਘਾ ਭਰੋਸੇ ਨਾਲ ਪ੍ਰਚਾਰ ਕਰੀ ਜਿਹੜੇ ਬਾਣੀ ਪੜ੍ਹਦੇ ਆ ਮੈਂ ਉਹਨਾਂ ਨੂੰ ਰੱਬ ਬਣਾ ਦੇਣਾ ਮਿਲਾਉਂਦਾ ਨਹੀਂ ਮਿਲਾਉਂਦਾ ਨਹੀਂ ਮੈਂ ਖੁਦ ਉਹਨਾਂ ਨੂੰ ਰੱਬ ਬਣਾ ਦਿੰਦਾ ਜਿਹੜੇ ਬਾਣੀ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਏ ਪੜ੍ਹ ਕੇ ਅਸਲਤਾ ਕਰਕੇ ਵੇਖੋ ਤੁਸੀਂ ਅੱਖਰਾਂ ਨੂੰ ਪੂਜਿਆ ਹੈ ਨਹੀਂ ਪਤਾ ਲੱਗਾ ਨਾ ਹਾਲੀ ਤਾਂ ਰੌਲਾ ਹੀ ਨਹੀਂ ਚੁੱਪ ਹੋਇਆ ਪਤਾ ਲੱਗਾ ਮੈਂ ਕੀ ਕਿਹਾ ਅਸੀਂ ਜਿਹੜੇ ਅਕਸ਼ਰ ਨੇ ਨਾ ਸਾਹਿਬ 'ਚ ਇਹਨਾਂ ਅੱਖਰਾਂ ਦੀ ਪੂਜਾ ਕੀਤੀ ਸਮਝਿਆ ਨਹੀਂ ਕਿਸੇ ਬੰਜੇ ਨੂੰ ਸਮਝਣਾ ਹੋਰ ਗੱਲ ਹੁੰਦੀ ਅਤੇ ਪੂਜਾ ਕਰਨੀ ਬਾਹਮਣ ਨੇ ਸਦੀਆਂ ਤੋਂ ਪੱਥਰ ਨੂੰ ਮਗਰ ਸਮਝਿਆ ਨਹੀਂ ਵੀ ਨਾ ਪਾਥਰ ਬੋਲੇ ਨਾ ਕਿਛ ਦੇ ਫੋਕਟ ਕਰਮ ਨੇ ਫਲ ਸੇਵ ਇਹ ਗੱਲ ਨਹੀਂ ਸਮਝੀ ਕਿੰਨੇ ਡਰੋ ਨਾ ਮੈਂ ਕਿਸੇ ਨੂੰ ਗਾਲ ਨਹੀਂ ਦਿੱਤੀ ਕਿਸੇ ਨੂੰ ਮਾੜਾ ਨਹੀਂ ਕਿਹਾ
ਤਰਕ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਨਾ ਪਾਥਰ ਬੋਲੇ, ਬੋਲੋ, ਨਾ ਕਿਛ ਦੇ। ਜਿਹੜੇ ਲੋਕ ਜੋ ਪਾਥਰ ਕੀ ਪਾਈ ਪਾਏ, ਜਿਹੜੇ ਪੱਥਰ ਦੀ ਪੈਰੀ ਪੈਂਦੇ ਨੇ, ਤਿੰਨ ਕੀ ਕਾਲ ਅਜਾਈ ਜਾਂਦੇ ਅੱਜ ਤੱਕ ਕਰੋੜਾਂ ਸਾਲਾਂ ਤੋਂ। ਜੇ ਕਿਤੇ ਆਹ ਮੇਰਾ ਸਾਹਿਬ ਹੈ ਜਿਹੜਾ, ਇਹ ਪੱਥਰ ਨਹੀਂ ਬੋਲਦਾ ਹੈ, ਇੱਥੋਂ ਪਤਾ ਲੱਗਾ ਵੀ ਇਹਨਾਂ 'ਚ ਜਿਮੀ ਸਮਾਨ ਦਾ ਫਰਕ ਆ। ਨਾ ਪਾਥਰ ਬੋਲੇ, ਪੱਥਰ ਤਾਂ ਕੁਝ ਬੋਲਦਾ ਨਹੀਂ, ਇਹ ਬੋਲਦਾ ਹੈ ਬਾਣੀ ਪ੍ਰਭ ਕੀ। ਉੱਚੀ ਬੋਲਿਆ ਕਰੋ, ਸੁਣ ਵੀ ਰਹੇ ਹੋ ਵਿੱਚੋਂ ਨੱਠ। ਆਹ ਸਰੀਰ ਇੱਕ ਘਰ ਨੇ ਅਤੇ ਸੁਣਨਾ ਇਹ ਘਰ 'ਚ ਰਹਿਣ ਵਾਲੇ ਨੇ, ਘਰ ਨੇ ਨਹੀਂ ਸੁਣਨਾ। ਤੁਸੀਂ ਸਿਰ ਇਤਨਾ ਹਿਲਾਈ ਵੀ ਜਾਓਗੇ, ਇਹ ਸ਼ਾਬਾਸ਼ ਹੈ ਵੀ ਤੁਸੀਂ ਮੈਨੂੰ ਉਤਸ਼ਾਹ ਕਰਦੇ ਹੋ ਵੀ ਅਸੀਂ ਸੁਣ ਰਹੇ ਹਾਂ, ਮਗਰ ਜੇ ਸੁਣਿਆ ਹੁੰਦਾ ਕਿਸੇ ਨੇ ਤਾਂ ਅੱਜ ਪੰਥ ਦੀ ਇਹ ਹਾਲਤ ਨਾ ਹੁੰਦੀ। ਸੁਣਦਾ ਨਹੀਂ, ਸੁਣਦਾ ਨਹੀਂ। ਦਾਸਰਾ ਤੁਹਾਡਾ ਕਹਿ ਰਿਹਾ ਨਾ ਪਾਥਰ ਬੋਲੇ ਨੇ ਕਿਛ ਦੇ, ਮਗਰ ਇੱਧਰ ਪਿਤਾ ਜੀ ਜਿਹੜੇ ਨੇ ਇਹ ਪੱਥਰ ਨਹੀਂ ਗਏ, ਇਹ ਜਿਉਂਦੀ ਜਾਗਦੀ ਜਾਨ ਆ, ਇਹ ਜਿਉਂਦੇ ਜਾਗਦੇ ਗੁਰੂ ਨੇ। ਆਖੋ ਵਾਹਿਗੁਰੂ, ਜਿੱਥੇ ਕੋਈ ਇਹਨੂੰ ਯਾਦ ਕਰਦਾ ਹੈ ਉੱਥੇ ਪਹੁੰਚਦਾ ਹੈ। ਵਿਸ਼ਵਾਸ ਕਰਦੇ ਹੋ ਕਿ ਨਹੀਂ, ਬੋਲੋ ਗੁਰੂ ਤੁਸੀਂ। ਆਪਣੇ ਸੇਵਕ ਕੀ ਆਪੇ ਨਾਮ ਕੀ ਲਿਖਿਆ ਨਹੀਂ ਉਹਦੀ, ਜਿਹੇ ਜੇ ਕਾਜ ਕਿਰਤ ਸੇਵਕ ਕੀ, ਅਤੇ ਉੱਠ ਧਾਵੇ ਦਾ ਭੱਜਣਾ ਭੱਜਣਾ। ਸਿੱਖ ਨੂੰ ਪੈ ਜਾਏ ਕਿਤੇ ਜ਼ਰੂਰਤ ਅਤੇ ਹੁਸ਼ਿਆਰਪੁਰ ਦਾ ਵੇਸਵਾ ਦਾ ਕੋਠਾ ਹੋਵੇ, ਅਤੇ ਉੱਥੋਂ ਤੱਕ ਵੀ ਭੱਜਦਾ ਹੈ ਗੁਰੂ, ਘੋੜਾ ਲੈ ਕੇ ਭੱਜਦਾ ਹੈ। ਪਤਾ ਲੱਗ ਰਿਹਾ ਜੀ ਕੀ ਨਾਮ ਸੀ ਉਹਨਾਂ ਦੇ ਸਿੱਖ ਦਾ? ਤੁਹਾਨੂੰ ਨਹੀਂ ਪਤਾ, ਭਾਈ ਜੋਗਾ ਸਿੰਘ। ਯਾਦ ਕੀਤਾ, ਲੋੜ ਪੈ ਗਈ ਸਿੱਖ ਨੂੰ ਵੀ ਮੇਰਾ ਸਿੱਖ ਖੂਹ 'ਚ ਡਿੱਗ ਪੈਣ ਲੱਗਾ ਹੈ, ਅੱਗ 'ਚ ਡਿੱਗ ਪੈਣ ਲੱਗਾ ਹੈ, ਅਤੇ ਘੋੜਾ ਲੈ ਕੇ ਗੁਰੂ ਤਹਾਂ ਤਹਾਂ ਬੂਹੇ ਅੱਗੇ ਖਲੋ ਗਿਆ। ਸੇਵਕ ਕੋ ਨਿਗਟੀ ਹੋਏ, ਦਿਖਾਇਆ ਕਿੱਧਰ ਬੱਚਾ ਜਾਂਦਾ। ਆਖੋ ਵਾਹਿਗੁਰੂ, ਤੁਸੀਂ ਇਸ ਮਾਲਕ ਦੇ ਉੱਤੇ ਮੇਰੀਓ ਬੱਚੀਓ। ਆਹ ਵੇਖੋ ਹੱਥ ਜੋੜੇ, ਦੂਸਰਾ ਦੀਵਾਨ ਆ, ਕੱਲ੍ਹ ਨੂੰ ਇੱਥੇ ਸੰਪੂਰਨਤਾ ਹੋ ਜਾਣੀ। ਮੈਂ ਤੁਹਾਨੂੰ ਇਹ ਤਰਲਾ ਪਾ ਕੇ ਜਾਂਦਾ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ 'ਤੇ ਜਿਉਂਦਾ ਜਾਗਦਾ ਜਾਣ ਕੇ ਵਿਸ਼ਵਾਸ ਕਰੋ। ਗੁਰੂ ਤੁਹਾਡੇ ਪਰਦੇ ਡੱਕੇ, ਗੁਰੂ ਤੁਹਾਡੇ ਬੱਚਿਆਂ ਨੂੰ ਸਮੱਤ ਬਖਸ਼ੇ। ਇੱਕ ਚੰਗੀ ਮਾਂ ਬਣਨ ਲਈ ਸੁਣੀ, ਇੱਕ ਚੰਗੀ ਗੁਰੂ ਕੋਲੋਂ ਉਪਦੇਸ਼ ਪੁੱਛ, ਮੈਂ ਚੰਗੀ ਮਾਂ ਕਿਸ ਤਰ੍ਹਾਂ ਬਣਾਂ? ਫਿਰ ਪੁੱਛੀ, ਮੈਂ ਚੰਗੀ ਔਲਾਦ ਕਿਸ ਤਰ੍ਹਾਂ ਬਣਾਵਾਂ? ਵੇਖ, ਭਾਵੇਂ ਤੂੰ ਗੁਰਦੁਆਰੇ ਆ ਭਾਵੇਂ ਨਾ ਆ, ਇਹ ਮੇਰੇ ਵੀਰ ਜਿੰਨੇ ਬੈਠੇ, ਗੁਰਮੁਖ ਰੂਹਾਂ ਬੈਠੀਆਂ, ਧੀਆਂ ਬੈਠੀਆਂ, ਨੌਜਵਾਨਾਂ, ਰੋਂਦੇ ਤਾਂ ਤੁਸੀਂ ਸਾਰੇ ਹੋ ਵੀ ਸਾਡੀ ਔਲਾਦ ਗੁਰਮੁਖ ਨਿਕਲੇ, ਮਗਰ ਗੁਰੂ ਕੋਲੋਂ ਕਦੀ ਪੁੱਛਿਆ ਨਹੀਂ। ਫੋਨ ਬੰਦ ਕਰੋ ਬਈ, ਆਖੋ ਵਾਹਿਗੁਰੂ। ਰੋਂਦੇ ਤੁਸੀਂ ਸਾਰੇ ਹੋ ਵੀ ਔਲਾਦ ਗੁਰਮੁਖ ਨਿਕਲੇ, ਚੰਗੀ ਨਿਕਲੇ, ਮਗਰ ਜਿੰਨੇ ਚੰਗੀ ਕਰਨੀ ਆ, ਜਿੰਨੇ ਵਿੱਖ ਵਿੱਚ ਅੰਮ੍ਰਿਤ ਪ੍ਰਗਟਿਆ, ਯਾਰ ਵਿੱਚੋਂ ਅੰਮ੍ਰਿਤ ਪ੍ਰਗਟ ਕਰ ਦੇਣਾ, ਉਸ ਗੁਰੂ ਨੂੰ ਤੁਸੀਂ ਕਦੀ ਨਹੀਂ ਕਹਿੰਦੇ।
ਜਿਹੜਾ ਮੇਰੇ ਵਰਗਾ ਤੁਹਾਡੇ ਘਰ ਰੋਟੀ ਖਾਣ ਆਇਆ ਆਖੋ ਵਾਹਿਗੁਰੂ, ਉਹਨੂੰ ਆਖਿਆ ਜੀ ਸਾਡੇ ਬੱਚੇ ਦੇ ਸਿਰ 'ਤੇ ਹੱਥ ਰੱਖੋ, ਆਉਂਦੇ ਹੋ ਕਿ ਨਹੀਂ, ਬੋਲੋ ਨਾ ਜੀ ਗੁਰੂ ਜੀ, ਕਿਉਂ ਕਿਉਂ? ਕਿਉਂ ਬੰਦੇ ਨੂੰ ਕਹਿੰਦੇ ਹੋ ਇਹਦੇ ਸਿਰ? ਉਹ ਬੱਚੇ ਉਹ ਚੁੱਪ ਕਰਾਓ ਭੈਣੋ ਮੇਰੀ, ਉਹ ਧੀਓ ਜਿਉਂਦਾ ਰਹੇ, ਜਿਉਂਦਾ ਰਹੇ, ਵੱਡੀ ਉਮਰ ਹੋਵੇ ਇਹਦੀ ਵੀ, ਆਖੋ ਵਾਹਿਗੁਰੂ, ਬਾਹਰ ਲੈ ਜਾ ਮੇਰੀ ਧੀ, ਬਾਹਰ ਲੈ ਜਾਓ, ਆਖੋ ਵਾਹਿਗੁਰੂ। ਤੁਸੀਂ ਕਿਉਂ ਕਹੋ ਕਿਸੇ ਬੰਦੇ ਨੂੰ ਵੀ ਇਹਦੇ ਸਿਰ 'ਤੇ ਹੱਥ ਰੱਖੋ? ਸਮਰੱਥ ਗੁਰੂ ਸਿਰ, ਜਾਂ ਤਾਂ ਉਹਨੂੰ ਕਹੋ ਪਹਿਲਾਂ ਜਿਹਨੇ ਰੱਖਿਆ ਹੈ ਵੀ ਤੂੰ ਚੁੱਕ ਅਤੇ ਮੈਂ ਇਸ ਬਾਬੇ ਦਾ ਰਖਾਉਣਾ, ਇਹ ਤਾਂ ਕਹਿਣਾ ਕੋ ਜਦੋਂ ਸਮਰੱਥ ਗੁਰੂ ਸਿਰ ਗੁਰ ਹੱਥ ਧਰਿਓ ਮੇਰੇ, ਜਦੋਂ ਗੁਰੂ ਦੇ ਸੈਨ ਇਹ ਆ ਰਿਹਾ ਵੀ ਸਾਰਿਆਂ ਦੇ ਸਿਰ 'ਤੇ, ਸ਼ਾਬਾਸ਼ ਸ਼ਾਬਾਸ਼, ਮੈਂ ਸੁਣਦਾ ਤੁਸੀਂ ਜਾਗਦੇ ਹੋ, ਸਾਰਿਆਂ ਦੇ ਸਿਰ 'ਤੇ ਗੁਰੂ ਸਾਹਿਬ ਦਾ ਹੱਥ ਆ। ਜੇ ਸਿਰ 'ਤੇ ਹੱਥ ਨਾ ਹੋਵੇ ਸਮਰੱਥ ਗੁਰੂ ਦਾ, ਤਾਂ ਪੰਜ ਅੱਗਾਂ ਤੁਹਾਡੇ ਅੰਦਰ ਲੱਗੀਆਂ ਨੇ, ਜਲ ਕੇ ਰਾਖ ਹੋ ਜਾਓ। ਜੇ ਪੰਜ ਅੱਗਾਂ ਤੁਹਾਨੂੰ ਸਣ ਨਹੀਂ ਨਾ ਸਾੜ ਨਹੀਂ ਰਹੀਆਂ, ਜਾਲ ਨਾ ਸਾਕੇ ਤੀਨੇ ਤਾਪ, ਤਿੰਨ ਤਾਪ ਅਤੇ ਪੰਜ ਅੱਗਾਂ ਤੁਹਾਨੂੰ, ਪੰਜ ਅਗਨ ਅਤੇ ਤਲਾਗ ਰਹੀ, ਇਹਦੀਆਂ ਪੰਜੇ ਅੱਗਾਂ ਤੁਹਾਨੂੰ ਨਹੀਂ ਸਾੜ ਰਹੀਆਂ, ਸਮਝ ਲਓ ਤੁਹਾਡੇ ਸਿਰ 'ਤੇ ਕੋਈ ਗਹਿਰਾ ਹੱਥ ਹੈ। ਸੁਣ ਹੋ ਗਏ ਹੋ ਪ੍ਰਧਾਨ ਸਾਹਿਬ, ਕੀ ਹੋਇਆ ਪਕੜ ਰਹੇ ਹੋ? ਕੀ ਕਿਹਾ ਮੈਂ? ਸੜ ਕੇ ਰੱਖ ਦੇਣਾ, ਜਾਲ ਦੇਣਾ। ਫਿਰ ਤੁਸੀਂ ਜਿਹਨੂੰ ਮੈਨੂੰ ਕਿਹਾ ਆਖੋ ਵਾਹਿਗੁਰੂ ਵੀ ਖਾਲਸਾ ਜੀ ਤੁਸੀਂ ਸਾਡੇ ਘਰ ਆਏ ਹੋ, ਸਾਡੇ ਬੱਚੇ ਦੇ ਸਿਰ 'ਤੇ ਹੱਥ ਰੱਖ ਦਿਓ, ਤੁਹਾਨੂੰ ਤਾਂ ਪਤਾ ਨਹੀਂ ਮੇਰੇ ਅੰਦਰ ਵੀ ਪੰਜ ਬਲ ਰਹੀਆਂ, ਫਿਰ ਕੀ ਕਰੋਗੇ? ਜੋ ਜੋ ਦਿਸੇ ਇਸ ਦਾ ਅਰਥ ਕਰੋਗੇ? ਕਰੋ ਪਲ ਮੇਰੀ ਧੀ, ਕਰੋ ਪਲ ਨਹੀਂ। ਜੋ ਜੋ ਦਿਸੇ, ਜਿਹੜਾ ਸਰੀਰ ਦਿਸ ਰਿਹਾ ਹੈ ਉਹ ਸਾਰੇ ਹੀ ਰੋਗੀ ਨੇ, ਫਿਰ ਕਿਉਂ ਹੱਥ ਰਖਾਉਂਦੇ ਹੋ ਦਿਸਦੇ ਦੇ? ਆ ਅਦਿਸ਼ਟ ਵਾਹਿਗੁਰੂ ਦਾ ਹੱਥ ਦਿਖਾਓ, ਰਖਾਓ, ਜਿਹਦਾ ਹੱਥ ਸਾਰਿਆਂ ਦੇ ਸਿਰ 'ਤੇ, ਜਿਹਦੇ ਸਿਰ 'ਤੇ ਹੱਥ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਪਿਤਾ ਜੀ ਨੇ ਰੱਖਦਾ, ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ, ਉਹਦੀ ਤਾਂ ਜ਼ਿੰਦਗੀ ਦੇ ਵਿੱਚੋਂ ਬੋਲ ਨਾ ਜਾਣੇ, ਮਾਇਆ ਮਤ ਮਾਤਾ ਮਰਨਾ ਕੀ, ਇਹਦਾ ਹੱਥ ਰਖਾਓ। ਜਿਉਂਦਾ ਜਾਗਦਾ ਗੁਰੂ, ਮੈਂ ਤੁਹਾਨੂੰ ਫਿਰ ਤਰਲਾ ਪਾਉਂਦਾ ਜੀ, ਵਿਸ਼ਵਾਸ ਕਰੋ, ਆਵਾਜ਼ ਮਾਰਿਓ ਤੁਸੀਂ, ਰੱਬ ਨਾ ਕਰੇ ਕਿਸੇ ਨੂੰ ਬਿਪਤਾ ਪਵੇ, ਆਵਾਜ਼ ਮਾਰੋ, ਜੇ ਨਾ ਵੀ ਮੇਰਾ ਸਿਰ ਕੱਟਿਓ, ਆਵਾਜ਼ ਹੀ ਨਹੀਂ ਮਾਰਦੇ, ਆਵਾਜ਼ ਮਾਰਦੇ ਹੀ ਨਹੀਂ ਤੁਸੀਂ, ਆਵਾਜ਼ ਮਾਰਦੇ ਹੀ ਨਹੀਂ, ਬਿਨਾਂ ਬੁਲਾਇਆ ਤਾਂ ਮਹਿਮਾਨ ਵੀ ਨਹੀਂ ਆਉਂਦਾ। ਤੁਸੀਂ ਕਿਸੇ ਨੂੰ ਕਹਿੰਦੇ ਹੋ ਭਾਜੀ ਕਿਤੇ ਦਰਸ਼ਨ ਦਿਓ, ਉਹ ਲਾਗੋਂ ਦੀ ਲੰਘਣ ਡਿਆ ਹੋਵੇ ਤਾਂ ਕਹਿੰਦਾ ਇਹਨਾਂ ਨੇ ਕਿਹਾ ਸੀ ਕਦੀ ਆਇਓ, ਚਲੋ ਚਲੋ ਪਾਣੀ ਪੀ ਚਲੀਏ, ਨਾ ਕਰੋ ਇਸ ਤਰ੍ਹਾਂ ਹੀ ਪੁੱਤ ਹੋਏ, ਬਿਨਾਂ ਬੁਲਾਇਆ ਤਾਂ ਆਮ ਦੁਨੀਆਂ ਦਾ, ਉਹ ਤਾਂ ਦੁਨੀਆਂ ਦਾ ਪਾਤਸ਼ਾਹ ਹੈ, ਤੁਸੀਂ ਬੁਲਾਓ ਤਾਂ ਸਹੀ। ਤੁਸੀਂ ਕਦੀ ਹਿਰਦੇ ਦੇ ਦਰਵਾਜ਼ੇ ਖੁੱਲ੍ਹ ਕੇ ਕਹੋ ਨਾ ਮੋਹਣ, ਬੜੇ ਹੌਲੀ ਬੋਲਦੇ ਹੋ, ਮੋਹਣ ਆਖਿਆ ਜੇ ਕਦੀ, ਆਖਿਆ ਜੇ, ਬੋਲੋ ਨਾ, ਇੱਧਰ ਅੱਖਾਂ ਮਿਲਾਓ, ਭੱਜਦੇ ਕਿਉਂ ਜੇ, ਆਖਿਆ ਜੇ ਕਦੀ ਵੀ ਘਰ ਆਓ? ਸਾਡੀਆਂ ਬਹੁਤ ਸਾਰੀਆਂ ਕਮਜ਼ੋਰੀਆਂ ਜਿਹੜੀਆਂ ਸਾਨੂੰ ਡਰਾਉਂਦੀਆਂ ਵੀ ਜੇ ਉਹ ਘਰ ਆ ਗਿਆ ਵੇਖੂਗਾ ਨਾ ਧੀ ਦੇ ਕੇਸ ਸਾਬਤ ਨੇ,
ਨਾ ਪੁੱਤਰ ਦੀ ਦਾੜੀ ਸਾਬਤ ਆ, ਨਾ ਸਰਦਾਰ ਸਾਹਿਬ ਦਾ ਜੀਵਨ ਸਾਬਤ ਆ। ਆਵਾਜ਼ ਮਾਰਨ ਵਾਲਾ ਵੀ ਭਾਈ ਲਾਲੋ ਪੂਰਾ ਹੀ ਸੀ, ਤਾਂ ਆਵਾਜ਼ ਮਾਰੀ ਸੀ ਮਹਾਰਾਜ। ਉਹ ਬਿਦਰ ਪੂਰਾ ਹੀ ਸੀ, ਵੈਸੇ ਕੁਟੀਆ 'ਚ ਰਹਿੰਦਾ ਸੀ। ਕੌਣ? ਬਿਦਰ। ਨਿੱਕੇ ਜਿਹੇ ਘਰ 'ਚ ਰਹਿੰਦਾ ਸੀ ਭਾਈ ਲਾਲੋ, ਮਗਰ ਜ਼ਿੰਦਗੀ 'ਚ ਕੋਈ ਛੇਕ ਨਹੀਂ ਸੀ। ਕੀ ਨਹੀਂ ਸੀ? ਪਤਾ ਵੀ ਲੱਗ ਰਿਹਾ ਜੇ ਕਿ ਨਹੀਂ? ਨਾ 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 ਨਾ, ਮੈਨੂੰ ਚਿਹਰਿਆਂ ਦੱਸਣਾ ਕਿਹਨੂੰ ਕਿਹਨੂੰ ਪਤਾ ਲੱਗ ਰਿਹਾ ਜ਼ਿੰਦਗੀ 'ਚ ਕੋਈ ਛੇਦ ਨਹੀਂ ਸੀ, ਕੋਈ ਗਲਤੀ ਨਹੀਂ ਸੀ ਕੀਤੀ। ਅਤੇ ਬੜੇ ਮਾਣ ਨਾਲ ਆਖਿਆ, ਤੂੰ ਆਨੰਦ ਕਿਸ ਤਰ੍ਹਾਂ ਜਾਏਗਾ ਮੇਰੇ ਘਰ ਦੇ ਕੋਲ? ਇਹਨੂੰ ਕਹਿੰਦੇ ਤਾਣ। ਜਦੋਂ ਕਿਸੇ ਦੇ ਅੰਦਰ ਕਮਜ਼ੋਰੀ ਨਾ ਨਾ ਹੋਵੇ, ਅਤੇ ਬੜੇ ਤੋਂ ਬੜੇ ਵੱਡੇ ਅਫਸਰ ਦੀ ਵੀ ਬਾਂਹ ਫੜ ਲਈ ਦੀ, ਮਹਾਰਾਜ ਇੱਥੇ ਇੱਕ ਮਿੰਟ ਖਲੋ ਜਾਓ। ਬਾਂਹ ਫੰਡ ਤੋਂ ਡਰਾਉਂਦਾ ਕੌਣ ਆ? ਕਮਜ਼ੋਰੀ। ਬਿਦਰ ਦੇ ਜੀਵਨ 'ਚ ਕੋਈ ਕਮਜ਼ੋਰੀ ਨਹੀਂ ਸੀ। ਉਹਨੇ ਕ੍ਰਿਸ਼ਨ ਨੂੰ ਆਖਿਆ, ਮਹਾਰਾਜ ਮਹਿਲਾਂ ਵਿੱਚ ਫੇਰ ਜਾਇਓ, ਪਹਿਲੋਂ ਮੇਰੀ ਕੁਟੀਆ 'ਚ ਆਓ। ਤੁਸੀਂ ਆਖਿਆ ਹੀ ਨਹੀਂ, ਨਾ ਤੁਸੀਂ ਅਤੇ ਮੈਂ ਕਹਿ ਸਕਦੇ ਹਾਂ, ਕਿਉਂਕਿ ਸਾਡੀ ਜ਼ਿੰਦਗੀ 'ਚ ਬੜੇ ਬੜੇ ਵੱਡੇ ਖੋਲ ਪਏ ਆ, ਛੇਦ ਨੇ। ਮੋਣ ਕਰੂੰ ਜੋਦੜੀਆਂ, ਮੈਂ ਬਾਰ ਬਾਰ ਜੋਦੜੀਆਂ ਕਰਦੀ ਹਾਂ, ਕਦੀ ਮੇਰੀ ਹਿਰਦੇ ਰੂਪੀ ਘਰ 'ਚ ਰੱਖ ਦਿਓ ਚਰਨ। ਵਾਹਿਗੁਰੂ 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 ਉਹਨੇ ਜਦੋਂ ਆਖਿਆ ਵੀ ਤੂੰ ਮੇਰਾ ਦੋਸਤ ਹੈ, ਤੂੰ ਮੇਰਾ ਮਿੱਤਰ ਹੈ, ਭਾਈ ਲਾਲੋ ਨੇ ਕਿਹਾ ਕਿਹਨੂੰ? ਅਤੇ ਫਿਰ ਇਹ ਵੀ ਕਿਹਾ ਵੀ ਤੁਸੀਂ ਮੈਨੂੰ ਮਿੱਤਰ ਮੰਨਦੇ ਹੋ? ਕਿਹਨੇ ਕਿਹਾ? ਭਾਈ ਲਾਲੋ ਜੀ ਨੇ। ਵੀ ਮੈਂ ਤਾਂ ਤੁਹਾਨੂੰ ਗਰੀਬ ਨੇ ਮਿੱਤਰ ਬਣਾ ਲਿਆ, ਤੁਸੀਂ ਮੈਨੂੰ ਮਿੱਤਰ ਮੰਨਦਾ ਹੈ ਕਿ ਨਹੀਂ?
ਅਤੇ ਉਹਨੇ ਕਿਹਾ ਯਾਰ ਇਸ ਦੁਨੀਆਂ 'ਚ ਬਹੁਤ ਘੱਟ ਲੋਕ ਨੇ ਜਿਹੜੇ ਮੈਨੂੰ ਮਿੱਤਰ ਮੰਨਦੇ, ਨਹੀਂ ਪਤਾ ਲੱਗਾ, ਬਹੁਤ ਘੱਟ ਲੋਕ ਨੇ ਜਿਹੜੇ ਮੈਨੂੰ ਬਾਬਾ ਕਰਕੇ ਮੰਨਦੇ, ਰੁਮਾਲੇ ਚੜਾਉਂਦੇ, ਕੀ ਕਰਦੇ, ਸੋਨੇ ਦੇ ਛੱਬੇ ਚੜਾਉਂਦੇ, ਕੜਾ ਪ੍ਰਸ਼ਾਦ ਦੀਆਂ ਦੇਗਾਂ ਚੜਾਉਂਦੇ। ਇੱਕ ਤੂੰ ਹੀ ਤਾਂ ਕਿਤੇ ਮਿਲਿਆ ਹੈ ਜਿਹਨੇ ਕਿਹਾ ਵੀ ਹਰਜੀ ਬੋਲੋ, ਜਾਂ ਤੂੰ ਮੇਰਾ ਮਿੱਤਰ ਹੈ, ਨਹੀਂ ਉਹ ਟਿਊਨ 'ਚ ਨਹੀਂ ਪ੍ਰਧਾਨ ਸਾਹਿਬ ਬੋਲਿਆ ਗਿਆ, ਸਾਰੇ ਬੋਲੋ, ਜਾਂ ਤੂੰ ਤੇ ਭਰ ਪਾਓ, ਤੂੰ ਤੇ ਭਰ ਪਾਓ, ਉੱਤਰ ਜਾਂ ਤੂੰ ਮੇਰਾ ਮਿੱਤਰ ਹੈ। ਤਾਂ ਕਿਹਾ ਮੈਂ ਕਾੜਾ, ਕਾੜਾ ਕਹਿੰਦੇ ਝੋਰੇ ਨੂੰ, ਨਹੀਂ ਪਤਾ ਲੱਗਾ ਧੀਏ, ਨਹੀਂ ਫਿਰ ਦੱਸਦਾ, ਜੇ ਤੂੰ ਮੇਰਾ ਮਿੱਤਰ ਹੋਵੇਂ, ਰੱਬ ਮੇਰਾ ਮਿੱਤਰ ਹੋਵੇ, ਤਾਂ ਮੈਨੂੰ ਕਾਹਦਾ ਝੋਰਾ, ਕਾਹਦਾ ਪਛਤਾਵਾ। ਹਰਜੀ ਜਾਂ ਤੂੰ ਮੇਰਾ ਮਿੱਤਰ ਹੈ, ਇਹ ਕੋਈ ਕਵੇ ਤਾਂ ਸਹੀ। ਇੱਧਰ ਵੇਖੋ ਮੇਰੇ ਵੱਲ, ਮੈਂ ਕਿਹਾ ਉਹਨਾਂ ਨੂੰ ਇਸ ਤਰ੍ਹਾਂ ਕਰਨ ਨੂੰ ਵੀ ਮੇਰੀ ਧੀ ਇੱਥੇ ਇਸ ਤਰ੍ਹਾਂ ਕਰਕੇ ਅੱਖਾਂ ਮੀਟਣ ਆਈ, ਅੱਗੇ ਵੀ ਨਹੀਂ ਮੈਨੂੰ ਕੱਲ੍ਹ ਦਾ ਪਤਾ ਵੀ ਤੂੰ ਭਾਗਾਂ ਵਾਲੀ ਧੀ ਹੈ, ਧਿਆਨ ਨਾ ਸੁਣੋ। ਆ ਵੇਖਿਆ ਗੱਲ ਰਹਿ ਗਈ ਨਾ, ਹੁਣ ਕੀ ਬੋਲਿਆ ਮੈਂ, ਭਲਾ ਕਿਹੜੀ ਤੁਕ ਬੋਲੀ, ਪੋਤਰਾ ਆਖ ਲੋਗੇ ਜਾਂ ਤੂੰ ਮੇਰਾ ਮਿੱਤਰ ਹੈ, ਜਿਹਨੂੰ ਆਖੀਏ ਕਮਲਜੀਤ ਸਿੰਘ ਤੂੰ ਮੇਰਾ ਮਿੱਤਰ ਹੈ, ਤਾਂ ਯਾਰ ਗੱਲ ਘੱਟ ਘੱਟ ਆ, ਕਰਦਾ ਤੇਰੇ ਕੋਲ ਇੰਨੇ ਪੈਸੇ ਆ, ਮੈਨੂੰ ਲੋੜ ਪਊਗੀ ਤਾਂ ਪੂਰੀ ਕਰ ਲਾਂਗੇ, ਮਗਰ ਜਾ ਕੇ ਘਰ ਸਭ ਕੁਛ ਹੈ ਭਾਈ, ਜਾਂ ਤੂੰ ਮੇਰਾ ਮਿੱਤਰ ਹੈ। ਜਿਹੜਾ ਧਰਤ ਪਤਾਲ ਆਕਾਸ਼ ਦਾ ਮਾਲਕ ਹੈ, ਨੌ ਖੰਡਾਂ ਦਾ ਮਾਲਕ ਹੈ, ਜਾਂ ਤੂੰ ਮੇਰਾ ਮਿੱਤਰ ਆ, ਤਾਂ ਕਿਹਾ ਮੈਂ ਕਾੜਾ, ਕਾੜਾ ਬਣੇ ਝੋਰਾ, ਕਾੜਾ ਬਣੇ ਝੋਰਾ, ਫਿਰ ਮੈਨੂੰ ਕਾਹਦਾ ਝੋੜਾ, ਕਾਹਦਾ ਝੋਰਾ। ਅੱਗੇ ਆ ਗਿਆ, ਜਿੰਨੀ ਠੱਗੀ ਜੱਗ ਠੱਗਿਆ, ਜਦੋਂ ਤੂੰ ਮੇਰਾ ਮਿੱਤਰ ਹੈ ਨਾ, ਤਾਂ ਮੈਨੂੰ ਇਹ ਵੀ ਪਤਾ ਵੀ ਜਿੰਨਾ ਠੱਗਾਂ ਨੇ ਸਾਰੇ ਜਗਤ ਨੂੰ, ਸਿਹਤ ਉਦ ਮਾਰ ਨਿਵਾੜਾ, ਸਿਹਤ ਉਦ ਧੱਕੇ ਮਾਰ ਕੇ ਮੇਰੇ ਅੰਦਰੋਂ ਕੱਢ ਦਿੱਤਾ ਹੈ, ਤੂੰ ਮਿੱਤਰ ਜੋ ਹੋਏ ਹੋ। ਸਭ ਇੰਦਰੀਆਂ ਭਾਈ ਜੀ, ਅਸੀਂ ਤਾਂ ਸਹਿਜ ਪਾਠ ਕਰਾਉਂਦੇ ਹਾਂ, ਮੁੱਲ ਭਾਈ ਸਾਹਿਬ ਨੂੰ ਪੁੱਛੋ ਜਿਹੜੇ ਚੌਰ ਕਰ ਰਹੇ, ਕੋਈ ਰੱਬ ਦਾ ਪਿਆਰਾ ਲੱਭੋ ਜਿਹੜਾ ਪਾਠ ਕਰਦਾ ਨਾ ਹੋਵੇ, ਬਾਣੀ ਨੂੰ ਪੀਂਦਾ ਹੋਵੇ, ਪੀਂਦਾ ਬਾਣੀ ਦੇ ਵਿਚਲੇ ਅੰਮ੍ਰਿਤ ਨੂੰ ਪੀਂਦਾ ਹੋਵੇ, ਕੋਈ ਪੜ੍ਹਦਾ ਨਾ, ਪੜ੍ਹਨ ਵਾਲੇ ਤਾਂ ਬਥੇਰੇ, ਪੜ੍ਹ ਪੜ੍ਹ ਗੱਡੀ ਲੱਦੀਏ, ਕਿਆ ਪੜ੍ਹੀਏ, ਕਿਆ ਗੁਣੀਏ, ਕਿਆ ਵੇਦ ਪੁਰਾਣਾ ਪੜ੍ਹੇ ਸੁਣੇ, ਜੋ ਸਹਿਜ ਨਾ ਮਿਲੇ ਉਸ ਕੋਈ ਬਾਣੀ ਪੀਣ ਵਾਲਾ ਹੋਵੇ, ਤਾਂ ਟਾਈਮ ਨਹੀਂ ਹੈਗਾ, ਕਰੀਏ ਕੀ ਕਿਰਤ ਕਰੀਏ ਕਿ ਬਾਣੀ ਪੀਏ। ਕਹਿੰਦੇ ਤੂੰ ਸਾਰਾ ਜਪਜੀ ਸਾਹਿਬ ਨਾ ਪੜ੍ਹ, ਇੱਕ ਤੁਕ ਵਿੱਚੋਂ ਪੀ ਜਾ, ਪੀ ਜਾ ਬਸ, ਸਾਰੀ ਭਰੀ ਨਦੀ ਦੇ ਵਿੱਚੋਂ, ਕੋਈ ਸਾਰੀ ਨਦੀ ਨਹੀਂ ਪੀਂਦਾ, ਇੱਕ ਗਲਾਸ ਦੀ ਭੁੱਖ ਹੁੰਦੀ, ਇੱਕ ਤੁਕ ਪੀ ਜੋ, ਮੰਨੇ ਕੀ ਗੱਤ, ਪੀ ਜੋ ਪੀ ਜੋ। ਗੁਰ ਕੀ ਬਾਣੀ ਮਿੱਠੀ ਬੋਲੋ, ਅੰਮ੍ਰਿਤ ਧਾਰ, ਗੁਰ ਕੀ ਬਾਣੀ ਮਿੱਠੀ ਅੰਮ੍ਰਿਤ ਧਾਰ। ਪਤਾ ਲੱਗ ਰਿਹਾ ਜੀ ਧੀ, ਪਤਾ ਲੱਗਾ ਗੁਰੂ ਦੀ ਬਾਣੀ ਇੰਨੀ ਮਿੱਠੀ ਵੀ, ਇਹਦੇ ਵਿੱਚੋਂ ਅੰਮ੍ਰਿਤ ਦੀ ਧਾਰ ਵਗ ਰਹੀ।
ਜਿਸ ਪੀਤੀ ਜਿਹਨੇ ਭੁੱਕ ਨਾਲ ਪੀਤਾ ਉਸ ਧਾਰ ਨੂੰ ਤਿਸ ਮੋਖ ਦੁਆਰ ਨਹੀਂ ਪਤਾ ਲੱਗਾ ਪਰਮਜੀਤ ਸਿੰਘ ਤਿਸ ਜਿਹਨੇ ਇੱਕ ਬੂੰਦ ਵੀ ਇਹਦੇ ਵਿੱਚੋਂ ਪੀਤੀ ਮੁਕਤੀ ਦੇ ਦਰਵਾਜ਼ੇ ਖੁੱਲ੍ਹ ਗਏ। ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਜਦੇ ਹੋ, ਪੂਜਾ ਅਕਾਲ ਕੀ ਦੀਦਾਰ ਅੱਗੇ ਪੜ੍ਹੋ, ਉੱਥੇ ਪੂਜਣ ਦੀ ਤਾਂ ਕਹਾਣੀ ਨਹੀਂ, ਪਰਚਾ 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 ਨਾ, ਪਰਚੇ ਦਾ ਮਤਲਬ ਵੇਖੋ ਨਾ, ਫਿਰ ਆਨੰਦ ਆਊਗਾ ਸਮਝਣਾ। ਇਸ ਪਰਚਾਏ ਪਰਚਰੋ ਇਸ, ਪਰਚਣਾ ਮੈਨੇ ਸਮਝਣਾ, ਪਤਾ ਲੱਗਾ ਜੀ, ਪਰਚਾ ਸ਼ਬਦ ਦਾ, ਤੇ ਸ਼ਬਦ ਨੂੰ ਤੇ ਅਸੀਂ ਪੂਜਣਾ ਸ਼ੁਰੂ ਕਰਤਾ ਹੈ। ਖੂਬ ਦੁੱਧ ਦੇ ਨਾਲ ਧੋਤਾ ਜਾਂਦਾ ਹੈ ਸੀਸ ਗੰਧ ਸਾਹਿਬ ਵੀ, ਖੂਬ ਸੋਨੇ ਦੀਆਂ ਪਾਲਕੀਆਂ ਵੱਜ ਗਿਆ ਸਭ ਬੰਗਲਾ ਸਾਹਿਬ, ਕੀ ਖੱਟ ਲਿਆ ਜੇ ਸੋਨਾ ਲਾ ਕੇ ਉੱਥੇ, ਕੌਮ ਨੂੰ ਸਵਾਰ ਲਿਆ ਜੇ ਗੁਰੂ ਕਿਸੇ ਕੋ ਚਿੱਥਣ ਵਾਲੇ ਵਜਨ ਆ। ਜੇ ਕਿਤੇ ਤੁਹਾਡਾ ਇਹੋ ਪੈਸਾ ਕਿਸੇ ਗਰੀਬ ਦੇ ਬੱਚੇ ਨੂੰ ਪੜ੍ਹਾਉਂਦਾ, ਮੇਰੀ ਕੌਮ ਦਾ ਇੱਕ IAS ਅਫਸਰ ਬਣ ਜਾਂਦਾ, ਕੁਰਸੀ 'ਤੇ ਬੈਠਾ ਦਸਤਾਰ ਵਾਲਾ ਸਿੱਖ, ਦੁਨੀਆ ਦਰਸ਼ਨ ਕਰਦੀ, ਸਰਦਾਰ ਸਾਹਿਬ ਜੀ ਡਿਪਟੀ ਕਮਿਸ਼ਨਰ ਨੇ, ਸਰਦਾਰ ਸਾਹਿਬ ਜੀ ਜੱਜ ਨੇ, ਚੱਟੋ ਸੋਨਾ ਜਾ ਕੇ ਬੰਗਲਾ ਸਾਹਿਬ ਚੱਟੋ ਜੀਵ ਨਾਲ ਜੇ ਤੁਹਾਡੀ ਭੁੱਖ ਮਿਟ ਜਾਏ ਤਾਂ, ਖੈਰ ਅੱਜ ਨਹੀਂ, ਚੌਂਕੜਾ ਮਾਰਤੀ ਹੈ, ਅੱਜ ਨਹੀਂ, ਸਮਾਂ ਤਾਂ ਭੱਜ ਗਿਆ। ਅੱਖ ਵਾਹਿਗੁਰੂ, ਇੰਨਾ ਕਹਿ ਰਿਹਾ ਸਾਂ, ਸਭ ਇੰਦਰੀਆਂ ਵੱਸ ਕਰ ਦਿੱਤੀਆਂ, ਜਾਂ ਤੂੰ ਮੇਰਾ ਮਿੱਤਰ ਆ, ਤੇਰੀ ਮਿੱਤਰਤਾ ਨੇ ਐਸਾ ਰੰਗ ਜੇ ਤੂੰ ਮੇਰੇ ਘਰ 'ਚ ਵੀ ਆਉਣ ਲੱਗ ਪਿਓ। ਅੱਖ ਵਾਹਿਗੁਰੂ, ਤੂੰ ਮੇਰੇ ਅਤੇ ਆਉਣਾ ਜਾਣਾ ਤੇਰਾ ਵੇਖ ਕੇ ਨਾ, ਜਿਹੜੀਆਂ ਮੇਰੀਆਂ ਇੰਦਰੀਆਂ ਸੀ ਉਹ ਬੰਦਾ ਬਣ ਗਈਆਂ, ਵੱਸ ਹੋ ਗਈਆਂ। ਉਹਨੇ ਇਹ ਸੋਚਿਆ ਮੇਰੀਆਂ ਦਸਾਂ ਇੰਦਰੀਆਂ ਨੇ, ਕਿੰਨੀਆਂ ਨੇ ਪੁੱਤ, ਕਿਹੜੀਆਂ ਕਿਹੜੀਆਂ, ਨਹੀਂ ਨਹੀਂ, ਪੰਜ ਕਰਮ ਇੰਦਰੀਆਂ, ਪੰਜ ਗਿਆਨ ਇੰਦਰੀਆਂ, ਇਹ ਦਸੇ ਹੀ ਇੰਦਰੀਆਂ ਹੁਣ ਸਹਿਮ ਗਈਆਂ ਨੇ ਵੀ ਇਹਦੀ ਤਾਂ ਯਾਰੀ ਬੜੇ ਵੱਡੇ ਨੇ। ਨਹੀਂ ਪਤਾ ਲੱਗਾ ਪਰਮਜੀਤ ਸਿੰਘ ਕੀ ਕਿਹਾ, ਇਹਦੇ ਘਰ 'ਤੇ ਬੜਾ ਵੱਡਾ ਬੰਦਾ ਆਉਂਦਾ ਹੈ ਰੋਜ਼ ਹੀ, ਵਾਹਿਗੁਰੂ ਵਾਹਿਗੁਰੂ, ਅਤੇ ਬੜੀ ਵੱਡੀ ਪਾਵਰ ਦਾ ਨਾਮ ਹੈ ਇਹ। ਹੁਣ ਜਿਹੜੀਆਂ ਦਸੇ ਇੰਦਰੀਆਂ ਨੇ ਨਾ, ਹੁਣ ਆਪਣੇ ਆਪਣੀ ਮਰਜ਼ੀ ਨਹੀਂ ਕਰਦੀਆਂ, ਜਿੱਤ ਲਾਇਨ ਤਿੱਤੇ ਲੱਗਦੀਆਂ, ਅੱਗੇ ਮੇਰੇ 'ਤੇ ਹੁਕਮ ਚਲਾਉਂਦੀਆਂ ਸੀ, ਹੁਣ ਮੇਰੇ ਆਮਨਾ 'ਚ ਚੱਲਦੀਆਂ, ਜਿੱਤ ਲਾਇਨ, ਉੱਚੀ ਉੱਚੀ ਬੋਲੋ, ਸੁਸਤੀ ਪੈ ਜਾਣੀ ਆ, ਹੁਣ ਇਹਨਾਂ ਨੂੰ ਮੈਂ ਲਾਉਣਾ, ਜਿੱਤ ਲਾਇਨ ਤਿੱਤੇ ਲੱਗਦੀਆਂ, ਨੈ ਖਿੰਜੋ ਤਾੜਾ, ਨੈ ਹੁਣ ਖਿੱਚੋ ਤਾੜ ਨਹੀਂ ਅੰਦਰ ਹੁੰਦੀ, ਮੈਂ ਅੱਖਾਂ ਨੂੰ ਕਹਿੰਦਾ ਵਾਂ ਇਹ ਨੇਤਰੋ ਮੇਰਿਓ, ਹਰ ਤੁਮ ਮੈਂ ਜੋ ਧਰੀ, ਹਰ ਬਿਨ ਅਵਰ ਨਾ ਦੇਖੇ ਕੋਈ, ਅੱਖਾਂ ਕਹਿੰਦੀਆਂ ਸੱਤ ਵਜਨ ਦੀ, ਕਿਉਂਕਿ ਯਾਰ ਵੱਡੇ ਦਾ ਬਣ ਗਿਆ ਨਾ, ਮੈਂ ਕੰਨਾਂ ਨੂੰ ਕਹਿੰਦਾ ਇਹ ਸਰਵਣੋ ਮੇਰਿਓ, ਇਹ ਚੁਗਲੀ ਸੁਣੀ ਨਹੀਂ ਸਕਦੇ, ਕਿਉਂਕਿ ਮੇਰੀ ਯਾਰੀ ਵੱਡੇ ਨਾਲ ਆ, ਇਹਨੇ ਵੇਖ ਲਿਆ ਵੀ ਇਹਦੀ ਯਾਰੀ ਵੱਡੇ ਨਾਲ ਪੈ ਗਈ। ਬਸ ਇੰਨੀ ਕਹਾਣੀ ਸੀ, ਸਿਆਣਪ ਨਾ ਲਿਆਈ ਵਿੱਚ, ਛੱਡ ਸਿਆਣਪ ਨਹੀਂ ਹੁੰਦੀ, ਸੁਖਮਨੀ ਸਾਹਿਬ ਦੀ ਬਾਣੀ ਆ, ਹਾਂ ਹਾਂ ਹਾਂ, ਭਾਰ ਪਾਓ ਥੋੜ੍ਹਾ ਜਿਹਾ,
ਇਹੀ ਖਿਲਰੇ ਹੋਣ ਦੀ ਨਿਸ਼ਾਨੀ ਹੈ। ਜਦੋਂ ਤੁਸੀਂ ਕਿੰਨਾ ਚਿਰ ਤੱਕ ਮੁੜ ਕੇ ਨਹੀਂ ਨਾ ਆਉਂਦੇ, ਸਮਝ ਲਓ ਸਰੀਰ ਇੱਥੇ ਆ ਅਤੇ ਤੁਸੀਂ ਇੱਥੇ ਨਹੀਂ। ਇਹ ਗੱਲ ਚੰਗੀ ਤਰ੍ਹਾਂ ਪਕੜੋ, ਸਰੀਰ ਇੱਥੇ ਆ, ਤੁਸੀਂ ਮਨ ਨਹੀਂ, ਸੁਰਤ। ਮਨ ਤਾਂ ਸਰਦਾਰ ਸਭ ਕੁਝ ਨਕਸ਼ੇ ਬਣਾ ਰਿਹਾ, ਸੁਰਤ ਇੱਥੇ ਨਹੀਂ ਜਿਹਨੇ ਸ਼ਬਦ ਨੂੰ ਸੁਣਨਾ ਹੈ। ਸੱਚੀ ਮੁੱਚੀ ਕੋਠਾ ਇੱਥੇ ਆ, ਘਰ ਵਿੱਚ ਰਹਿਣ ਵਾਲਾ ਕੋਈ ਹੈ ਹੀ ਨਹੀਂ। ਆਖੋ ਵਾਹਿਗੁਰੂ। ਉਹ ਘਰ ਵੀ ਚਲੇ ਗਿਆ ਹੈ, ਭਾਂਡੇ ਵੀ ਮਾਂਜ ਆਇਆ ਹੈ, ਬਿਸਤਰੇ ਵੀ ਸਾਫ਼ ਕਰ ਆਇਆ ਹੈ, ਪ੍ਰਸ਼ਾਦਾ ਵੀ ਛਕ ਆਇਆ ਹੈ, ਕੋਈ ਲੰਗਰ ਵਿੱਚ ਵੀ ਸੁਰਤ ਚਲੇ ਗਈ ਆ। ਕੀ ਬਣਿਆ ਅੱਜ ਲੰਗਰ ਵਿੱਚ? ਅੱਖ ਵਾਹਿਗੁਰੂ। ਛਾਟ ਸਿਆਣ ਹੁਣ ਆ ਗਏ ਹੋ ਕਿ ਨਹੀਂ? ਤਗੜੇ ਹੋ? ਛਾਟ ਮੇਰੇ ਮਨਾ, ਸਾਰੀਆਂ ਸਿਆਣਪਾਂ ਛੱਡ ਦੇ ਅਤੇ ਬਿਲਕੁਲ ਸਿਆਣਪਾਂ ਨਾਲੋਂ ਕਰ ਕਿਰਪਾ, ਕਿਲਵਿਖ ਕੱਟੇ ਗਿਆਨ ਅੰਜਨ। ਇਹ ਸਿਆਣਪਾਂ ਵੱਲੋਂ ਤਾਰਾਂ ਕੱਟ ਕੇ ਅਣਜਾਣਾ ਹੋ ਕੇ ਬਹਿ ਜਾ, ਅਣਜਾਣਾ ਹੋ ਕੇ ਬੈਠੇਗਾ ਅਤੇ ਸਾਧ ਸੰਗ ਪਾਵੇਂ ਸੱਚ ਧਨਾ, ਇੱਥੋਂ ਸੱਚੇ ਧਨ ਦੀ ਪ੍ਰਾਪਤੀ ਹੋਊਗੀ, ਇੱਥੋਂ ਝੋਲੀਆਂ ਭਰਨਗੀਆਂ। ਅੱਖ ਵਾਹਿਗੁਰੂ। ਮੈਂ ਆਪ ਜੀ ਨੂੰ ਬੇਨਤੀ ਕਰਦਾ, ਟਿਕੇ ਹੋ ਤੁਸੀਂ, ਇਹ ਜਿਹੜਾ ਪੈਸਾ ਹੈ ਨਾ, 10 ਰੁਪਈਏ 100 ਰੁਪਈਆ ਤੁਸੀਂ ਵੇਖਿਆ, ਵੇਖਿਆ ਰੋਜ਼ ਹੀ ਪਰਸ 'ਚ ਹੁੰਦੇ, ਵੇਖ ਲਓ ਚੰਗੀ ਤਰ੍ਹਾਂ ਜੇ ਨਹੀਂ ਵੇਖਿਆ ਤਾਂ। ਇਹ ਤੁਸੀਂ ਵੇਖਿਆ ਮਗਰ ਉਹ ਵੇਖਿਆ ਨਹੀਂ, ਵਾਹਿਗੁਰੂ ਦਾ ਨਾਮ ਅਜੇ ਉੱਚੀ ਬੋਲੋ। ਇਹ ਜਿਹੜੇ ਪੈਸੇ ਨੇ, ਇਹ ਜਿਹੜਾ, ਇਹ ਜਿਹੜੀ ਕਰੰਸੀ ਦੁਨੀਆ ਦੀ ਹੈ, ਦੁਨੀਆ ਦੇ ਸੁੱਖ ਨੇ, ਇਹ ਰੱਬ ਦਾ ਪਰਛਾਵਾਂ ਹੈ। ਰੱਬ ਨਹੀਂ, ਨਹੀਂ ਪਤਾ ਲੱਗਾ, ਰੱਬ ਦਾ ਰੱਬ ਨਹੀਂ। ਜਦੋਂ ਤੁਹਾਡੇ ਘਰ 'ਚ ਪਰਛਾਵਾਂ ਹੀ ਆ ਗਿਆ ਨਾ, ਤਾਂ ਤੁਸੀਂ ਫੁੱਟ ਕੇ ਮਰ ਗਏ, ਮੇਰੇ ਕੋਲ ਪੈਸਾ ਆ ਗਿਆ। ਜਿਹਦਾ ਪਰਛਾਵਾਂ ਸੀ ਉਹਨੂੰ ਆਖਿਆ ਹੀ ਨਾ ਘਰ 'ਤੇ ਆ ਜਾਓ, ਜੇ ਤੁਹਾਡੇ ਪਰਛਾਵੇਂ ਆਉਣ ਨਾ ਮੇਰੀਆਂ ਸਰਦਾਰੀਆਂ ਬਣ ਗਈਆਂ। ਨਹੀਂ ਪਤਾ ਲੱਗਾ ਕਿ ਪਕੜ 'ਚ ਵੀ ਆਈ ਕਿ ਵੈਸੇ ਮੇਰੇ ਕੰਨ 'ਤੇ ਰਿਪੀਟ ਕਰ ਰਹੇ? ਹੇ ਵਾਹਿਗੁਰੂ, ਜੇ ਤੇਰਾ ਪਰਛਾਵਾਂ ਹੀ ਘਰ 'ਚ ਆਇਆ ਹੈ, ਇਹਨੂੰ ਕੀ ਹੋਇਆ? ਕਿੱਥੇ ਬਈ? ਚੰਗਾ ਗੁਰਮੁਖ ਬੰਦਾ ਇੱਕ ਤਰਫ ਹੈ, ਤੁਸੀਂ ਫਿਰ ਫੜੋ ਜੀ। ਜੇ ਤੇਰਾ ਆਉਣ ਨਾਲ ਇੰਨੀਆਂ ਖੁਸ਼ੀਆਂ ਘਰ 'ਚ ਆ ਗਈਆਂ ਵੀ ਹਰ ਕੰਮ ਹੋਈ ਜਾਂਦਾ, ਪੈਸਾ ਜਿਹਦੇ ਕੋਲ ਉਹਦਾ ਹਰ ਕੰਮ ਹੋਈ ਜਾਂਦਾ ਨਾ, ਜਿਹੜੀ ਚੀਜ਼ ਨਹੀਂ ਆ ਲੈ ਚੁੱਕ ਪੈਸੇ ਦਿਲ ਕਰ ਲਾ। ਜੇ ਤੇਰਾ ਪਰਛਾਵਾਂ ਆਉਣ ਨਾਲ ਮੇਰਾ ਹਰ ਕੰਮ ਹੁੰਦਾ, ਤਾਂ ਜਿਸ ਦਿਨ ਤੂੰ ਆ ਜਾਏਗਾ ਕੀ ਬਣੂ? ਕਿੰਨੀ ਸ਼ਾਨ! ਆਖੋ ਵਾਹਿਗੁਰੂ। ਮਗਰ ਅਸੀਂ ਕੀ ਕਰਦੇ ਹਾਂ? ਨੋਟ ਕਰਿਓ, ਸੁਸਤ ਨਾ ਹੋ ਜਾਓ ਬੰਟੀ, ਸੁਸਤ ਨਹੀਂ ਹੋਣਾ। ਜੇ ਤੇਰਾ ਪਰਛਾਵਾਂ ਆਇਆ ਤੇ ਇੰਨਾ ਕੁਝ ਮਿਲ ਗਿਆ ਜਿਸਦਿਨ ਤੂੰ ਆਇਓ, ਮਗਰ ਅਸੀਂ ਹੱਥ ਜੋੜਦੇ ਹਾਂ, ਤੂੰ ਬੂਹੇ ਅੱਗੇ ਰਹਿ। ਨਹੀਂ ਪਤਾ ਲੱਗਾ ਤੂੰ ਘਰ ਆਏਗਾ, ਫਿਰ ਮੇਰੀ ਫਰਿੱਜ ਖੋਲੇਗਾ, ਵਿੱਚ ਆਂਡੇ ਪਏ ਹੋਣਗੇ, ਵਿੱਚ ਸ਼ਰਾਬ ਦੀ ਬੋਤਲ ਪਈ ਹੋਊਗੀ, ਕਿਤੇ ਰਿਸ਼ਤਾ ਹੀ ਨਾ ਟੁੱਟ ਜਾਏ। ਪਤਾ ਲੱਗਾ ਜੀ, ਜੇ ਤੂੰ ਮੇਰੀ ਫਰਿੱਜ ਖੋਲ ਲਈ, ਜੇ ਤੂੰ ਕਿਤੇ ਮੇਰੇ ਵਾਸ਼ਰੂਮ ਵਿੱਚ ਚਲੇ ਗਏ ਹੋ, ਉੱਥੇ ਰੋਮਾਂ ਦੀ ਬੇਦਬੀ ਕਰਨ ਵਾਲਾ ਸਭ ਕੁਛ ਪਿਆ, ਫਿਰ ਤੂੰ ਮੈਨੂੰ ਪੁੱਛੇਗਾ ਸਿੱਖਾ ਇਹ ਤੇਰਾ ਘਰ ਆ, ਇਹ ਗੁਰੂ ਗੋਬਿੰਦ ਸਿੰਘ ਦੇ ਸਿੱਖ ਦਾ ਘਰ ਆ, ਇੱਥੇ ਬਲੇਡ ਦਾ ਕੀ ਕੰਮ, ਇੱਥੇ ਉਸਤਰੀ ਦਾ ਕੀ ਕੰਮ?
ਮਗਰ ਤੂੰ ਆਪਣੇ ਸਰੀਰ 'ਚੋਂ ਰੋਮ ਪੁੱਟਣ ਲਈ ਇਹ ਸਭ ਕੁਛ ਘਰ 'ਚ ਰੱਖਿਆ ਹੈ। ਤੂੰ ਆਪਣੇ ਕੇਸਾਂ ਨੂੰ ਰੰਗ ਲਾਉਣ ਨੂੰ ਡੱਬੀਆਂ ਰੰਗ ਦੀਆਂ ਘਰ 'ਚ ਰੱਖੀਆਂ। ਮੈਂ ਕਿਸੇ ਨੂੰ ਨਹੀਂ ਕਹਿੰਦਾ, ਦੋਸ਼ ਨਹੀਂ ਦਿੰਦਾ, ਰੰਗੋ ਤੁਹਾਡੀ ਮਰਜ਼ੀ ਹੈ, ਮਗਰ ਮਰਿਆਦਾ ਇਸ ਗੱਲ ਨੂੰ ਰੋਕਦੀ ਹੈ। ਆਖੋ ਵਾਹਿਗੁਰੂ, ਤੁਸੀਂ ਇਸ ਤਰ੍ਹਾਂ ਕਰੋ ਜੀ, ਤੁਸੀਂ ਬੂਹੇ ਅੱਗੇ ਰਹੋ, ਪਰਛਾਵਾਂ 'ਤੇ ਤੁਹਾਡਾ ਘਰ 'ਚ ਸੱਚੀ ਮੁੱਚੀ ਪੈਸਾ ਵੀ ਉਹਦੇ ਘਰ ਵਿੱਚ ਆਉਂਦਾ ਹੈ ਜਿਹਦੇ ਬੂਹੇ ਅੱਗੇ ਰੱਬ ਆਇਆ ਹੈ। ਕਿਤੇ ਕਿਤੇ ਤਾਂ ਉਹਨੂੰ ਯਾਦ ਕੀਤਾ, ਜਦੋਂ ਬੂਹੇ ਤੱਕ ਆਇਆ ਅਸੀਂ ਦਰਵਾਜ਼ਾ ਬੰਦ ਕਰ ਲਿਆ, ਪੈਸੇ ਤਾਂ ਆ ਗਏ, ਹੁਣ ਰੱਬ ਦੀ ਕੀ ਜ਼ਰੂਰਤ। ਹਰ ਬੰਦਾ ਅਖੰਡ ਪਾਠ ਸਾਹਿਬ ਕਰਾਉਂਦਾ ਹੈ, ਗੁਰਦੁਆਰੇ ਆਉਂਦਾ ਕੀ ਮੰਗਣ ਲਈ? ਦੱਸੋ ਨਾ ਭੈਣ ਭਰਾਵਾਂ ਵਾਂਗੂ ਬੈਠੇ, ਬੋਲੋ ਨਾ, ਕਾਹਦੇ ਨਹੀਂ ਆਉਂਦੇ ਆਪਾਂ? ਕੀ ਅਰਦਾਸ ਸਾਡੀ? ਆਹ ਤੁਸੀਂ ਜਦੋਂ ਅਰਦਾਸ ਕਰਾਉਂਦੇ ਹੋ, ਇੱਥੇ ਕੋਈ ਗ੍ਰੰਥੀ ਸਾਹਿਬ ਹੋਵੇ ਮੈਨੂੰ ਇੱਕ ਦੱਸੇ, ਜਿਸ ਗ੍ਰੰਥੀ ਸਾਹਿਬ ਨੇ ਕਦੀ ਇਹ ਅਕਸ਼ਰ ਬੋਲੇ ਹੋਣ ਵੀ ਸੰਤਾ ਸਿੰਘ ਅਰਦਾਸ ਕਰਾਉਂਦਾ ਹੈ ਵੀ ਮੇਰੇ ਘਰ 'ਚ ਨਿਤਨੇਮ 'ਚ ਵਾਧਾ ਪਵੇ। ਹਰ ਬੰਦੇ ਦੀ ਅਰਦਾਸ ਦੇ ਇਹ ਸ਼ਬਦ ਨੇ, ਕਾਰੋਬਾਰ 'ਚ ਵਾਧਾ ਪਾਇਓ, ਇਹੋ ਹੀ ਹੈ ਜੀ, ਬੋਲੋ। ਫਿਰ ਤੁਸੀਂ ਆਖਿਆ ਤੁਸੀਂ ਬੂਹੇ ਅੱਗੇ ਰਹਿ ਜਾਓ, ਨੋਟ ਕਰਿਓ, ਹੁਣ ਬੜਾ ਵੱਡਾ ਮੋੜ ਕੱਟਣ ਲੱਗੀ ਜੀ ਗੱਲ, ਤੁਸੀਂ ਪਰਛਾਵਾਂ 'ਤੇ ਤੁਹਾਡਾ, ਪੈਸੇ ਤਾਂ ਆ ਹੀ ਗਏ ਘਰ 'ਚ, ਥੋੜ੍ਹਾ ਜਿਹਾ ਲਈ ਗੁਰਦੁਆਰੇ ਜਾਣ ਲਈ ਖੰਡ ਪਾਠ ਰਕਾਉਣ ਨਾਲ ਪੈਸੇ ਤਾਂ ਘਰ 'ਚ ਆ ਹੀ ਗਏ। ਇੱਕ ਗੱਲ ਨੋਟ ਕਰੀ, ਇਹ ਸਾਰੀ ਬਰਕਤ ਉਨਾ ਚਿਰ ਟਿਕਣੀ ਹੋ ਜਿੰਨਾ ਚਿਰ ਉਹ ਬੂਹੇ ਅੱਗੇ ਖਲੋਤਾ ਹੈ। ਜੇ ਉਹ ਬੂਹੇ ਅੱਗੋਂ ਪਰੇ ਨੂੰ ਹੋ ਗਿਆ ਨਾ, ਅਤੇ ਜਿਹਦਾ ਪਰਛਾਵਾਂ ਹੁੰਦਾ, ਜੇ ਉਹ ਪਰੇ ਚੱਲ ਜਾਏ ਤਾਂ ਪਰਛਾਵਾਂ ਮਗਰੇ ਹੀ ਜਾਂਦਾ ਹੈ। ਤੇਰੀ ਹਰ ਖੁਸ਼ੀ ਵੀ ਉਨਾ ਚਿਰ ਸੁਭਾਇਮਾਨ ਆ ਜਿੰਨਾ ਚਿਰ ਉਹ ਬੂਹੇ ਅੱਗੇ ਖਲੋਤਾ ਹੈ। ਅਰਦਾਸ ਕਰੀ ਸਾਡੀ ਜ਼ਿੰਦਗੀ 'ਚੋਂ ਰਹੇ, ਸਾਡੀ ਜ਼ਿੰਦਗੀ 'ਚੋਂ ਰਹੇ। ਆਖੋ ਵਾਹਿਗੁਰੂ। ਛਾੜ ਸਿਆਣਪ ਸਗਲੀ ਮਨਾ, ਸਾਧ ਸੰਗ ਪਾਵੇਂ। ਇਹ ਪੈਸਾ ਕਮਾ ਕੇ ਅਤੇ ਇੱਥੇ ਤੇਰੇ ਇੱਕ ਗੱਲ ਮੈਨੂੰ ਦੱਸ ਦਿਓ, ਸਮੇਂ 5 ਮਿੰਟ ਰਹਿ ਗਏ ਨੇ ਬਾਕੀ। ਮੈਂ ਬੇਨਤੀ ਕਰਨੀ ਆ, ਪ੍ਰਬੰਧਕ ਗੁਰਮੁਖ ਪਿਆਰੇ ਰੋਜ਼ ਬੇਨਤੀ ਕਰਦੇ, ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ। ਅੱਜ ਮੇਰਾ ਵੀਰ ਨਿਰਾਸ਼ ਹੋ ਕੇ ਕਹਿ ਰਿਹਾ ਸੀ ਵੀ ਅੰਮ੍ਰਿਤ ਲਈ ਨਾਂ ਤੁਸੀਂ ਬਹੁਤ ਘੱਟ ਨਾਮ ਕਰਾਉਂਦੇ ਹੋ ਦਰਜ। ਗੁਰੂ ਕੇ ਸਿੱਖੋ ਕਹੋ ਨਾਨਕ ਜਿਸ ਉਠਾ, ਇਹਨੇ ਅੰਮ੍ਰਿਤ ਪਾਇਆ। ਅੰਮ੍ਰਿਤ ਵੀ ਉਹਨਾਂ ਦੇ ਬੁੱਕ 'ਚ ਪੈਣਾ ਹੈ ਜਿਨ੍ਹਾਂ 'ਤੇ ਮੇਰੇ ਕਲਗੀਧਰ ਪਾਤਸ਼ਾਹ ਪੈਰਾਂ ਦੇ ਨਹੁੰਾਂ ਤੋਂ ਸਿਰ ਦੇ ਕੇਸਾਂ ਤੱਕ, ਪੈਰਾਂ ਦੇ ਨਹੁੰਾਂ ਤੋਂ ਲੈ ਕੇ ਸਿਰ ਦੇ ਕੇਸਾਂ ਤੱਕ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਿੰਨੇ ਰੋਮ ਲੱਗੇ ਨੇ ਨਾ, ਰੋਮ ਇੱਕ ਇੱਕ ਰੋਮ ਦੇ ਵਿੱਚੋਂ ਜਿਹਨੂੰ ਅਸੀਸ ਮਿਲੀ ਉਹਨੂੰ ਅੰਮ੍ਰਿਤ ਮਿਲਣਾ ਹੈ। ਹਰ ਇੱਕ ਨੂੰ ਅੰਮ੍ਰਿਤ ਨਹੀਂ ਮਿਲਦਾ, ਅਤੇ ਤੁਸੀਂ ਅਸੀਸਾਂ ਮੰਗੋ, ਮੇਰੀ ਔਲਾਦ ਅੰਮ੍ਰਿਤ ਛਕੇ, ਮੇਰੇ ਪੁੱਤਰ ਧੀਆਂ ਅੰਮ੍ਰਿਤ ਛਕਣ ਗੁਰੂ ਵਾਲੇ ਬਣੋ। ਇਹ ਪੈਸਾ ਜਿਹੜਾ ਤੁਹਾਡੇ ਕੋਲ ਆਇਆ ਹੈ, ਇੰਦਰਜੀਤ ਸਿੰਘ, ਤੂੰ ਦੱਸ ਜੇ ਤੇਰੇ ਕੋਲ 4 ਦਮੜੀਆਂ ਆ ਜਾਣ, ਤੇਰਾ ਭਰਾ ਖੁਸ਼ ਆ? ਇੱਧਰ ਵੇਖੋ, ਖੁਸ਼ ਹੈ? ਕੋਈ ਖੁਸ਼ ਨਹੀਂ। ਜਿੱਦਣ ਤੁਹਾਡੇ ਕੋਲ ਦੁਨਿਆਵੀ ਧਨ ਹੁੰਦਾ, ਤੁਹਾਡੇ ਰਿਸ਼ਤੇਦਾਰ, ਤੁਹਾਡੇ ਭਰਾ ਤੁਹਾਡੇ ਦੁਸ਼ਮਣ ਬਣਦੇ ਆ, ਬਣਦੇ ਕਿ ਨਹੀਂ ਬੋਲੋ, ਖੁੱਲ੍ਹੀ ਬਣਦੇ। ਫਿਰ ਇਹ ਅਰਦਾਸਾਂ ਕਰਦੇ, ਜਿਤਨਾ ਚੜ੍ਹਿਆ ਉਤਨਾ ਹੀ ਡਿੱਗੇ। ਇਹ ਜਿਹੜਾ ਧਨ, ਅੱਜ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਆ, ਜੇ ਤੂੰ ਇਹ ਧਨ ਜਿਹੜਾ ਇਕੱਠਾ ਕਰ ਲੈ, ਹਰ ਪੂੰਜੀ ਸੰਚ ਕਰੋ ਵਿਵਹਾਰ, ਇਹ ਹਾਂ ਸੁੱਖ
ਇੱਥੇ ਸੁੱਖ ਦਊਗਾ ਪਰਮੇਸ਼ੁਰ ਦਾ ਨਾਮ, ਅਤੇ ਦਰਗਾਹ 'ਚ ਤੇਰੀ ਜੈ ਜੈਕਾਰ ਕਰਾਊ। ਇਹ ਹਰ ਤਨ ਪਾਵੇ ਜਨ ਕੋਏ, ਇਹ ਹਰ ਰਸ ਪਾਵੇ ਜਨ ਕੋਏ। ਇਹ ਮੇਰੇ ਜੀਵਨ ਵਾਜ ਪਾਤਸ਼ਾਹ ਜੀ ਕਹਿੰਦੇ ਵੀ ਇਹ ਧਨ ਜਿਹੜਾ ਹੈ, ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਸੰਤਨ ਕਰ ਪਾਇਆ, ਤਰ ਅਭਮਾਨ ਲਿਓ ਮਨ ਮੋਲ, ਰਾਮ ਨਾਮ ਲਾਦ ਖੇਪ ਸੰਤੈ ਸੰਗ ਚਾਲ, ਅਵਰ ਤਿਆਗ ਵਿਖਿਆ। ਇਹ ਧਨ ਇਕੱਠਾ ਕਰਕੇ ਵੇਖ, ਤੇਰੀ ਲੋਕੀ ਵਿਰੋਧਤਾ ਨਹੀਂ ਕਰਨਗੇ। ਧਨ ਧਨ ਕਹੇ ਸਭ ਕੋਏ, ਜਿੱਦਣ ਕਿਸੇ ਦੇ ਕੋਲ ਨਾਮ ਦਾ ਧਨ ਇਕੱਠਾ ਹੁੰਦਾ, ਸਾਰੀ ਦੁਨੀਆ ਜਿਹੜਾ ਦੂਰੋਂ ਨੇੜੇ ਉਵੇਂ ਨਹੀਂ ਨਾ ਰਿਸ਼ਤੇਦਾਰ ਹੁੰਦਾ, ਉਹ ਵੀ ਕਹਿੰਦਾ ਤੁਹਾਨੂੰ ਪਤਾ ਉਹ ਮੇਰੇ ਮਾਮੇ ਦਾ ਮੁੰਡਾ ਜੇ, ਉਹ ਜਿਹੜਾ ਇੰਨਾ ਗੁਰਮੁਖ ਬੰਦਾ ਹੈ ਨਾ, ਜਿਹਦੀ ਇੰਨੀ ਸੁਰਤ ਲੱਗੀ ਆ, ਉਹ ਮੇਰੇ ਅਤੇ ਪੈਸੇ ਆਉਣ 'ਤੇ ਲੋਕ ਰਿਸ਼ਤੇਦਾਰ ਦੁਖੀ ਹੁੰਦੇ। ਜੇ ਕਦੀ ਰੱਬ ਦਾ ਧਨ ਇਕੱਠਾ ਹੋ ਜਾਵੇ ਤਾਂ ਦੂਰ ਦੂਰ ਦੇ ਲੋਕ ਵੀ ਕਹਿੰਦੇ ਉਹ ਮੇਰੇ ਚਾਚੇ ਦਾ ਪੁੱਤ ਆ, ਮੇਰੇ ਨਾਨੇ ਦਾ ਪੁੱਤ ਆ, ਸਾਰੇ ਹੀ ਧਨ ਧਨ ਕਰਦੇ। ਧਨ ਧਨ ਕਹੇ ਸਭ ਕੋਏ, ਮੁੱਖ ਉੱਜਲ ਹਰ, ਮਗਰ ਇਹ ਸਾਰੇ ਨਹੀਂ ਇਕੱਠਾ ਕਰਦੇ। ਇਹ ਵਪਾਰ ਵਿਰਲਾ ਵਿਰਲਾ, ਕੋਈ ਵਿਰਲੀ ਰੂਹ ਆ। ਵਾਹਿਗੁਰੂ 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 ਵਾਹਿਗੁਰੂ। ਲੱਕ ਸਿੱਧਾ ਰੱਖੋ, ਗੋਡਿਆਂ ਤੇ ਹੱਥ ਰੱਖੋ, 2-4 ਮਿੰਟ ਬਾਕੀ ਹੈ। ਇਕੱਠਾ ਕਰੋ, ਸਤਨਾਮ ਸ੍ਰੀ ਵਾਹਿਗੁਰੂ। ਪਿੱਛੇ ਜੇ ਪਤਾ ਸੀ ਤੁਹਾਡੀ ਜੇਬ ਦੇ ਵਿੱਚ, ਤੁਹਾਡੇ ਅਕਾਊਂਟ ਵਿੱਚ 500-500 ਤੇ 1000 ਦੇ ਨੋਟ ਪਏ ਸੀ, ਪਏ ਸੀ ਕਿੰਨਾ ਕੁ ਚਿਰ ਪਹਿਲਾਂ? ਪੈ ਸੀ ਜੀ, ਇੱਕੇ ਰਾਤ 'ਚ ਹੀ ਜੀਰੋ ਹੋ ਗਏ। ਇਹ ਇਕੱਠਾ ਕਰਕੇ ਵੇਖੋ, ਇਹ 'ਤੇ ਬੈਨ ਨਹੀਂ ਜੇ ਲੱਗਦਾ, ਇਹ ਨੋਟ ਬੈਨ ਨਹੀਂ ਜੇ ਹੁੰਦੇ। ਆਖੋ ਵਾਹਿਗੁਰੂ। ਇਹ ਮੋਦੀ ਦਾ ਪਿਓ ਵੀ ਆ ਜੇ ਨਾ, ਹੱਸੋ ਨਾ, ਮੋਦੀ ਦਾ ਪਿਓ ਵੀ ਆ ਜੇ, ਵਾਹਿਗੁਰੂ ਸ਼ਬਦ ਦੇ ਧਨ ਦੇ ਉੱਤੇ ਕੋਈ ਪਾਬੰਦੀ ਨਹੀਂ ਲਾ ਸਕਦਾ। ਸੱਚਾ ਧਨ ਧੀ ਪਾਏ, ਗੁਰੂ ਦੀ ਮੱਤ ਚੋਂ ਮਿਲਦਾ ਹੈ। ਕਾਚਾ ਧਨ ਫੁਨ ਆਵੇ, ਕਈ ਲੋਕਾਂ ਦੇ ਹਾਰਟ ਅਟੈਕ ਹੋ ਗਏ, ਕਈਆਂ ਨੂੰ ਇੰਨੀਆਂ ਕੰਬਣੀਆਂ ਛਿੜੀਆਂ ਪਸੀਨਾ ਆਇਆ, ਉੱਥੇ ਢੇਰੀ ਹੋ ਗਏ, ਨੋਟ ਮਿਲਣਗੇ ਕਾਗਜ਼ ਦੇ। ਆਹ ਧਨ ਇਕੱਠਾ ਕਰੋਗੇ, ਇਹਾਂ ਸੁੱਖ ਦਰਗੇ ਦੇ। ਹੁਣ ਤੁਹਾਨੂੰ ਮੈਂ ਇੱਕ ਗੱਲ ਪੁੱਛਣ ਲੱਗਾ, ਰਾਤੀ ਫਿਰ ਸਪੈਲਿੰਗ ਵੇਖੇ, ਜਿੰਨ ਦੇ ਸਪੈਲਿੰਗ ਵੇਖੇ, ਕਿੰਨੇ ਕਿੰਨੇ ਵੇਖੇ, ਹੱਥ ਖੜਾ ਕਰੋ। ਨਹੀਂ ਲੈਣਾ ਹੀ ਕੁਛ ਨਹੀਂ ਆਪਾਂ ਇਸ ਗੱਲ 'ਚੋਂ, ਆਪਾਂ ਨੂੰ ਕੀ ਜ਼ਰੂਰਤ ਆ। ਰਾਤੀ ਬਾਬਾ ਕਰਦਾ ਸੀ ਗੱਲਾਂ, ਚੰਗੀ ਗੱਲ ਤਾਂ ਇਹ ਵੀ ਜਾਂਦਿਆਂ ਸਭ ਤੋਂ ਪਹਿਲਾਂ ਤੁਸੀਂ ਗੁਟਕਾ ਸਾਹਿਬ ਪੋਥੀ ਖੋਲ੍ਹਦੇ ਹੋ ਅਤੇ ਜਿੰਨ ਦੇ ਸਪੈਲਿੰਗ ਵੇਂਦੇ ਹੋ, ਕਿਉਂਕਿ ਉਹਦੇ ਵਿੱਚੋਂ ਮੈਨੂੰ ਕੁਛ ਲੱਭਦਾ ਕਿ ਖਾਲਸਾ ਜੀ ਵਾਰ ਵਾਰ ਕਿਉਂ ਕਹਿੰਦੇ ਸੀ ਜਿੰਨ ਦੇ ਸਪੈਲਿੰਗ। ਆ ਸਾਰੀਆਂ ਗੁਰਮੁਖ ਰੂਹਾਂ ਨੇ ਇਹਨੂੰ ਸਿਹਾਰੀ ਨੰਨੇ ਦੇ ਔਂਕੜਿਆ। ਨਹੀਂ
ਹੁਣ ਤਾਂ ਤੁਸੀਂ ਯਾਦ ਕਰ ਲਓ, ਦਾਸ ਵੀ ਤੁਹਾਨੂੰ ਰਿਪੀਟ ਕਰਾ ਦਿੰਦਾ, ਜੱਜੇ ਨੂੰ ਸਿਆਰੀ ਅਤੇ ਨੰਨੇ ਨੂੰ ਸਿਆਣੀ ਆ, ਚੰਗੀ ਤਰ੍ਹਾਂ ਵੇਖਿਓ ਆਖੋ ਵੇਖ ਲਓ। ਮਗਰ ਇਹ ਅਸੀਂ ਤਾਂ ਵੇਖਣਾ ਸੀ, ਹਾਂਜੀ ਭਗਤ ਜੀ, ਇਹ ਅਸੀਂ ਤਾਂ ਵੇਖਣਾ ਸੀ, ਉਹਦੇ ਵਿੱਚੋਂ ਕੁਝ ਪੀਣਾ ਹੁੰਦਾ ਤੇ ਨਹੀਂ ਪਤਾ ਲੱਗਾ। ਗਲਾਸ ਵੇਖ ਲਿਆ, ਗਲਾਸ ਦੇ ਵਿੱਚ ਕੀ ਆ, ਉਹ ਬੰਦਾ ਵੇਖਦਾ ਜਿਹਨੇ ਪੀਣਾ ਹੈ, ਨਹੀਂ ਪਤਾ ਲੱਗਾ। ਪਤਾ ਲੱਗਾ ਪੁੱਤ, ਗਲਾਸ ਵੇਖ ਲਿਆ, ਕੱਢੇ ਇੰਨੇ ਗਲਾਸ ਮੈਂ ਇਕੱਠੇ ਕੀਤੇ, ਮੇਰੇ ਘਰ ਦੇ ਵਿੱਚ ਇੰਨੇ ਗਲਾਸ ਆ, ਵੇਖੇ ਨਹੀਂ ਵੀ ਉਸ ਗਲਾਸ ਦੇ ਵਿੱਚ ਕੀ ਆ। ਉਹ ਤਾਂ ਸੀ, ਉਹ ਤਾਂ ਜੱਜੇ ਨੂੰ ਸਿਆਰੀ, ਚੌਂਕੜਾ ਮਾਰੋ, ਜੱਜੇ ਨੂੰ ਸਿਆਰੀ ਅਤੇ ਨੰਨੇ ਨੂੰ ਸਿਆਰੀ ਤਾਂ ਵੇਖਣੀ ਸੀ ਜੇ ਉਹਦੇ ਮੈਂ ਅਰਥ ਵਿੱਚੋਂ ਅੰਮ੍ਰਿਤ ਪੀਣਾ ਹੁੰਦਾ ਤੇ ਮੈਂ ਪੀਣਾ ਹੀ ਨਹੀਂ। ਮੈਨੂੰ ਤਾਂ ਬਾਬਾ ਜੀ ਕਹਿੰਦੇ ਰਜੌਰੀ ਕੱਢਣ ਵਾਲੇ, ਤੁਸੀਂ 11 ਪਾਠ ਕਰਨੇ ਨੇ ਤੁਹਾਡਾ ਧਨ ਧਨ ਹੋ ਜੂ, ਕਰ ਲਓ ਧਨ ਧਨ। ਇਹ ਤਾਂ ਭਾਈ ਜੀ ਅੰਮ੍ਰਿਤ ਤੇ ਤਾਂ ਵਰਸਣਾ ਜੇ ਗੁਰਬਾਣੀ ਦੀ ਵਿਚਾਰ ਕਰੋਗੇ ਤੇ ਵਿਚਾਰ ਕਰਨ ਨਾਲ ਤੁਸੀਂ ਬਹੁਤਾ ਨਾ ਪੜ੍ਹਿਓ, ਇੱਕ ਪਦਾ ਸੁਖਮਨੀ ਦਾ ਰੋਜ਼ ਪੜ੍ਹੋ, ਤਕਦੀਰ ਬਦਲ ਕੇ ਰੱਖ ਦੂ। ਇਹਨਾਂ ਠੱਗਾਂ ਦੇ ਕਹਿਣ ਤੇ ਤੁਸੀਂ 21 ਜਪਜੀ ਸਾਹਿਬ ਦੇ ਪਾਠ ਕਰੋ, ਸੁਖਮਨੀ ਸਾਹਿਬ ਦੇ ਕਰੋ, ਜਿਸ ਤਰ੍ਹਾਂ ਦੇ ਖਾਲੀ ਮੂੰਹ ਅੱਜ ਨੇ, 10 ਸਾਲਾਂ ਨੂੰ ਵੀ ਇਸ ਤਰ੍ਹਾਂ ਦੇ ਫਿੱਕੇ ਮੂੰਹ ਹੋਣਗੇ, ਤੁਹਾਨੂੰ ਚਿਹਰੇ ਤੇ ਕਰੀਮਾਂ ਮਲਣੀਆਂ ਪੈਣਗੀਆਂ, ਰੰਗ ਮਲਣੇ ਪੈਣਗੇ। ਕਦੋਂ? ਜਦੋਂ ਤੁਸੀਂ ਇਹਨਾਂ ਦੇ ਕਹਿਣ ਤੇ ਗਿਣਤੀਆਂ ਮਿਣਤੀਆਂ ਕਰੋਗੇ, ਵਿਚਾਰ ਕੇ ਇੱਕ ਵਾਰ ਪੜ੍ਹ ਕੇ ਵੇਖ ਲਓ, ਚਿਹਰੇ ਤੇ ਕਰੀਮ ਲਾਉਣ ਨੂੰ ਦਿਲ ਹੀ ਨਹੀਂ ਕਰਨਾ, ਅੰਦਰਲੀ ਸੁੰਦਰਤਾ ਬਾਹਰ ਆ ਜਾਣੀ। ਕਰਕੇ ਤੇ ਵੇਖੋ, ਵਿਚਾਰ ਨਹੀਂ ਤੇ ਤੁਹਾਨੂੰ ਧੋਣਾ ਹੈ। ਵਿਚਾਰ ਨੇ ਬੁਰਿਆਈਆਂ ਅੰਦਰੋਂ ਬੰਨੇ ਕਰ ਦੇਣੀਆਂ ਨੇ, ਜਿਹਦੇ ਅੰਦਰੋਂ ਬੁਰਿਆਈਆਂ ਭਰੇ ਉਹ ਆਪੇ ਸੁੰਦਰ ਹੋ ਗਿਆ। ਉੱਥੇ ਰੰਗ ਨਹੀਂ ਮਲਣੇ ਪੈਂਦੇ, ਉੱਥੇ ਕਰੀਮਾਂ ਨਹੀਂ ਮਲਣੀਆਂ ਪੈਂਦੀਆਂ, ਇੱਕ ਫੁੱਲ ਖਿੜਿਆ ਹੈ, ਆਖੋ ਵਾਹਿਗੁਰੂ, ਰੱਜ ਕੇ ਬੋਲੋ ਨਾ, ਇੱਕ ਫੁੱਲ ਖਿੜਿਆ ਹੈ, ਧਰਤੀ ਨਾਲ ਜੁੜਿਆ ਹੈ, ਉਹਦੇ ਵਿੱਚੋਂ ਸੁਗੰਧੀ ਨਿਕਲਦੀ, ਉਹਦੇ ਵਰਗੀ ਸੁੰਦਰਤਾ ਕਿਸੇ ਕੋਲ ਨਹੀਂ। ਕਾਰਨ ਕੀ ਹੈ? ਸਮਾਪਤੀ ਕਰਨ ਲੱਗਾ, ਥੱਕੋ ਨਾ, ਲੱਕ ਸਿੱਧਾ ਰੱਖੋ। ਇੱਕ ਫੁੱਲ ਜਿਹੜਾ ਗੁਲਾਬ ਦਾ ਖਿੜਿਆ ਹੈ, ਉਹਦੀ ਸੁੰਦਰਤਾ ਹਰ ਬੰਦਾ ਉਹਦੇ ਕੋਲ ਖਲੋਂਦਾ ਹੈ, ਆਹਾ ਕਿੰਨਾ ਸੁੰਦਰ ਫੁੱਲ ਆ। ਕਾਰਨ ਕੀ ਹੈ? ਧਰਤੀ ਨਾਲ। ਅਤੇ ਭਾਈ ਜੀ, ਤੁਸੀਂ 21 ਪਾਠ ਕਰਕੇ ਵੀ ਤੁਹਾਡੀ ਸੁਰਤ ਜੇ ਸ਼ਬਦ ਨਾਲ ਜੁੜੀ ਨਹੀਂ ਤਾਂ ਸੁੰਦਰਤਾ ਨਾ ਲੱਭੋ। ਸੁੰਦਰਤਾ ਉਦਣ ਲੱਭਣੀ ਆ ਭਾਵੇਂ ਇੱਕ ਅੱਖਰ 'ਤੇ ਖਲੋ ਜਾਓ, ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤ। ਅੱਜ ਬੰਗਲਾ ਸਾਹਿਬ ਦਰਸ਼ਨ ਕਰਨ ਗਏ ਸਾਂ, ਉੱਥੇ ਸ਼ਬਦ ਪੜ੍ਹਦਾ ਸੀ, ਭਾਈ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਵਸਾ ਲਓ ਪ੍ਰਾਣਾਂ ਵਿੱਚ, ਵਪਾਰੀਆਂ ਦੇ ਟੇਟੇ ਨਾ ਚੜੋ। ਇਹ ਵਪਾਰੀ ਨੇ ਸਾਰੇ ਲੋਕ, ਮੈਂ ਉਹਨਾਂ ਦੀ ਨਿੰਦਾ ਨਹੀਂ ਕਰਦਾ, ਮਗਰ ਮੈਨੂੰ ਤੁਹਾਡੇ ਨਾਲ ਦੁੱਖ ਹੈ, ਦਰਦ ਹੈ। ਮੈਂ ਬਾਬੇ ਨਾਨਕ ਦਾ ਚੌਂਕੀਦਾਰ ਹਾਂ, ਗੁਰੂ ਗ੍ਰੰਥ ਸਾਹਿਬ ਦੇ ਹੁੰਦਿਆਂ ਸਿੱਖ ਕਿਉਂ ਡੁੱਬੇ? ਜਦੋਂ ਤਾਰਨ ਵਾਲਾ ਗੁਰੂ ਬਹੁਤ ਕਲਯੁਗ ਦੇ ਵਿੱਚ ਬੈਠਾ ਹੈ, ਹਰ ਨਾਮ ਬਹੁਤ ਹੈ ਕਲਯੁਗ, ਖੇਵਟ ਗੁਰ ਸ਼ਬਦ ਤਰੋ। ਜਦੋਂ ਜਹਾਜ਼ ਵੀ ਕੋਲ ਹੋਵੇ, ਆਖੋ ਵਾਹਿਗੁਰੂ, ਜਹਾਜ਼ ਵੀ ਤੇ ਮਲਾਹ ਵੀ ਕੋਲ ਹੋਵੇ ਤੇ ਉਦੋਂ ਡੁੱਬ ਜਾਵੇ ਕੌਮ ਗੁਰੂ ਨਾਨਕ ਸਾਹਿਬ ਦੀ, ਸਮਝ ਲਓ ਕਿਤੇ ਕਾਗਜ਼ ਦੀਆਂ ਬੇੜੀਆਂ ਤੇ ਚੜ੍ਹ ਗਈ, ਜਹਾਜ਼ ਤੇ ਨਹੀਂ ਚੜ੍ਹੀ। ਗੁਰ ਜਹਾਜ਼ ਖੇਵਟ ਗੁਰੂ, ਗੁਰਬਿਨ ਤਰਿਆ ਨਾ ਕੋਏ। ਸਾਡੀ ਸੁਰਤ ਖਿੰਡੀ ਗਈ, ਮੇਰਾ ਹੱਥ ਜੋੜ ਕੇ ਤੁਹਾਨੂੰ ਤਰਲਾ ਹੈ, ਆਖੋ ਵਾਹਿਗੁਰੂ। ਇਸ ਗੱਲ ਨੂੰ ਪੜ੍ਹੋ, ਉੱਥੇ ਲਿਖਿਆ ਜੱਜੇ ਨੂੰ ਸਿਆਰੀ ਅਤੇ ਨੰਨੇ ਨੂੰ ਸਿਆਰੀ, ਉਹਦਾ ਅਰਥ ਮੈਂ ਰਾਤੀਂ ਵੀ ਦੱਸਿਆ, ਫਿਰ ਦੱਸਦਾ। ਸੱਤ ਪੁਰਖ ਜੱਜੇ ਨੂੰ ਸਿਆਰੀ, ਨੰਨੇ ਨੂੰ ਸਿਆਰੀ ਦਾ ਮਤਲਬ ਇਹ ਆ, ਜਿਹਦੇ ਰਾਹੀਂ
ਸੱਤ ਪੁਰਖ ਨੂੰ ਜਾਣਿਆ, ਨਹੀਂ ਪਤਾ ਲੱਗਾ ਜੀ ਹਾਲੇ ਵੀ? ਜੇ ਜੱਜੇ ਨੂੰ ਅਤੇ ਨੰਨਾ ਉਂਕੜ ਹੁੰਦਾ, ਚੰਗੀ ਤਰ੍ਹਾਂ ਫੜੋ, ਟਾਈਮ ਕਿਸੇ ਕੋਲ ਹੁੰਦਾ ਨਹੀਂ ਇੰਨਾ ਸੁਣਨ ਦਾ, ਇਮੋਸ਼ਨਲ ਗੱਲਾਂ ਸੁਣਨੀਆਂ ਚਾਹੁੰਦੇ, ਮੈਂ ਉੱਥੋਂ ਦੀ ਸੁਣਾਦਾ, ਮੈਂ ਉੱਥੋਂ ਦੀ ਸੁਣਾਦਾ, ਫਿਰ ਬੜਾ ਧਿਆਨ ਲੋਕਾਂ ਦਾ ਜੁੜਦਾ, ਅੱਖ ਵਾਹਿਗੁਰੂ। ਜਦੋਂ ਅੰਦਰਲੀ ਗੱਲ ਸ਼ੁਰੂ ਹੁੰਦੀ ਫਿਰ ਸੁਸਤੀ ਪੈਂਦੀ, ਧਿਆਨ ਖਿੰਡਦਾ ਹੈ। ਚੰਗੀ ਤਰ੍ਹਾਂ ਸੁਣ ਲਿਓ, ਜੇ ਜੱਜੇ ਨੂੰ ਸਿਹਾਰੀ ਅਤੇ ਨੰਨੇ ਦੇ ਉਂਕੜ ਵਾਲੇ ਸਪੈਲ ਹੋਏ ਤਾਂ ਮਤਲਬ ਵੀ ਜਿੰਨੇ ਵੀ ਸੱਚ ਨੂੰ ਜਾਣ ਲਿਆ ਉਹ ਸਤਿਗੁਰੂ ਹੋ ਗਿਆ, ਇਹਦਾ ਅਰਥ ਇਹ ਬਣਨਾ। ਇਹਦਾ ਸਹਾਰਾ ਲੈ ਕੇ ਰਾਧਾ ਸਵਾਮੀ ਗੁਰੂ ਬਣਿਆ, ਅਜੇ ਸੱਚ ਨੂੰ ਉਹਨੇ ਜਾਣਿਆ ਨਹੀਂ, ਅੱਖ ਵਾਹਿਗੁਰੂ। ਨਿਰੰਕਾਰੀ ਗੁਰੂ ਬਣਿਆ, ਇਹਨਾਂ ਨੇ ਇਹਦਾ ਇਹ ਅਰਥ ਕੀਤਾ ਵੀ ਆਪਣੀ ਜਿੰਨੀ 2 ਕਰੋੜ ਦੀਆਂ ਉਹਨਾਂ ਦੀ ਆਬਾਦੀ, ਉਹਨਾਂ ਨੂੰ ਕਿਹਾ ਵੇਖੋ ਜੀ ਇੱਥੇ ਲਿਖਿਆ ਹੈ ਨਾ ਸਤਿਗੁਰੂ ਬਣ ਜਾਂਦਾ ਜਿਹੜਾ ਸੱਚ ਨੂੰ ਜਾਣਦਾ। ਅਸੀਂ ਸੱਚ ਨੂੰ ਜਾਣ ਲਿਆ, ਕਿਸੇ ਨੂੰ ਕਿਸੇ ਕੋਲੋਂ ਕੀ ਕਸੋਟੀ ਆ ਵੀ ਇਹਨੇ ਸੱਚ ਨੂੰ ਜਾਣਿਆ ਕਿ ਨਹੀਂ? ਨਹੀਂ ਨਹੀਂ, ਇਹਦਾ ਅਰਥ ਆ ਜਿਹਦੇ ਰਾਹੀਂ ਸੱਤ ਪੁਰਖ ਨੂੰ ਜਾਣਿਆ, ਸਤਿਗੁਰ ਤਿਸਕਾ, ਅਤੇ ਫਿਰ ਜਿਹਦੇ ਰਾਹੀਂ ਜਾਣਿਆ ਉਹਦਾ ਨਾਮ ਰਾਤੀ ਵੀ ਕਿਹਾ ਸੀ ਗੁਰੂ ਗ੍ਰੰਥ ਸਾਹਿਬ ਜੀ। ਇਹਨੂੰ ਪੜ੍ਹ ਕੇ ਲੋਕ ਸੱਤ 'ਚ ਭੇਦ ਹੋਏ ਨੇ, ਇਹਨੂੰ ਪੜ੍ਹ ਕੇ ਮੇਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਇੰਨੇ ਉੱਚੇ ਸੁੱਚੇ ਕਿਰਦਾਰ ਦੇ ਮਾਲਕ ਬਣੇ, ਉਹਦੇ ਦਰਸ਼ਨ ਹੀ ਨਹੀਂ ਕਰਨ ਗਏ, ਉਹਦਾ ਰੂਪ ਹੋ ਗਏ। ਅਤੇ ਜਿਹੜਾ ਜਿਹੜਾ ਉਹਨੂੰ ਜਾਣ ਗਿਆ, ਉੱਥੇ ਲਿਖਿਆ ਫਿਰ ਸਤਿਗੁਰ ਸਿੱਖ ਕੀ, ਫਿਰ ਬੋਲੋ ਸਤਿਗੁਰ ਸਿੱਖ ਕੀ, ਫਿਰ ਸਿੱਖ ਬਣ ਜਾਓ, ਸਿੱਖ ਬਣ ਜਾਓ, ਅਤੇ ਫਿਰ ਤੁਹਾਨੂੰ ਕਿਸੇ ਨੂੰ ਯਾਦ ਕਰਨ ਦੀ ਜ਼ਰੂਰਤ ਨਹੀਂ, ਸਿੱਖ ਦੀ ਉਹ ਪ੍ਰਤਪਾਲ ਕਰਦਾ ਹੈ। ਹਰ ਯੁੱਗ ਯੁੱਗ ਭਗਤੋ ਪਾਇਆ, ਸਿੱਖ ਬਣ ਜਾਓ। ਇਸ ਗੱਲ ਨੂੰ ਤੁਸੀਂ ਇੰਨਾ ਗੌਹ ਨਾ ਨਹੀਂ ਲੈ ਰਹੇ, ਮੈਂ ਤੁਹਾਡੇ ਸਾਰਿਆਂ ਦੇ ਚਿਹਰੇ ਪੜ੍ਹ ਰਿਹਾ। ਕੀ ਬਣ ਜਾਓ? ਕੋਈ ਦਾੜਾ ਕੇਸ ਰੱਖਣ ਨਾਲ ਸਿੱਖ ਨਹੀਂ ਬਣਦਾ, ਕੋਈ ਦਾੜਾ ਕੇਸ ਰੱਖਣ ਨਾਲ ਸਿੱਖ ਨਹੀਂ ਬਣ ਜਾਂਦਾ। ਫਿਰ ਤੇ ਕਰੋੜਾਂ ਸਾਧੂ ਤੁਰੇ ਫਿਰਦੇ ਨੇ ਭੰਗਵੇਂ ਕੱਪੜਿਆਂ ਵਾਲੇ, ਜਿਹਨਾਂ ਦੀ ਦਾੜੀ ਵੀ ਹੈਗੀ, ਕੇਸ ਵੀ ਹੈਗੇ, ਪੱਗ ਵੀ ਬੱਧੀ। ਸਿੱਖ ਗੁਰੂ ਨਾਨਕ ਪਾਤਸ਼ਾਹ ਦੇ ਪੁੱਤਰਾ ਉਸ ਦਿਨ ਬਣਦਾ ਜਿੱਦਣ ਖੰਡੇ ਬਾਟੇ ਦਾ ਅੰਮ੍ਰਿਤ ਛਕੇ ਅਤੇ ਰਹਿਤ ਮਰਿਆਦਾ 'ਚ ਰਹਿਣੀ ਰਹੇ, ਇਹ ਹੀ ਆਖਿਆ। ਇੱਕ ਵਾਰੀ ਹੋਰ ਪਾ ਕੇ ਬੋਲੋ, ਫਿਰ ਸਮਾਪਤੀ ਕਰੀਏ। ਅਰਥ ਕਰ ਲਓਗੇ? ਅਰਥ ਕਰ ਲਓਗੇ? ਨਹੀਂ ਨਹੀਂ ਨਹੀਂ, ਅਰਥ ਕਰ ਲਓਗੇ? ਉਹੀ ਮੇਰਾ ਸਿੱਖ ਹੈ ਜਿਹੜਾ ਰਹਿਤ ਵਿੱਚ ਪੱਕਾ ਹੈ, ਰਹਿਤ ਬਿਨਾਂ ਨਹਿ। ਕਿਤਰਾ ਖਵਾਈ ਜਾਂਦੇ ਆਹ ਦਿੱਲੀ ਕਮੇਟੀ ਦੀਆਂ ਵੋਟਾਂ ਪੈਣਗੀਆਂ, ਵੇਖਿਓ ਜਿਹੜਾ ਕਦੀ ਗੁਰਦੁਆਰੇ ਨਹੀਂ ਆਇਆ ਉਹਨੇ ਵੋਟ ਪਾਉਣੀ, ਮੈਂ ਵੀ ਸਿੱਖਾਂ। ਸ਼ਰਾਬ ਪੀਂਦਾ, ਮੈਂ ਵੀ ਸਿੱਖਾਂ। ਅਤੇ ਉਹ ਸ਼ਰਾਬ ਪੀਣ ਵਾਲੀਆਂ ਵੋਟਾਂ ਨੇ ਜਿਹੜੇ ਪ੍ਰਧਾਨ ਬਣਾਏ ਉਹਨਾਂ ਕਿਹੜੇ ਜੰਗ ਚਾੜਦੇ? ਨਹੀਂ ਪਤਾ ਲੱਗਾ? ਜੇ ਸ਼ਰਾਬੀਆਂ ਨੇ ਚੁਣੇ ਪ੍ਰਧਾਨ ਨੇ, ਇੱਧਰ ਵੇਖੋ ਜੀ, ਸ਼ਰਾਬੀਆਂ ਨੇ ਚੁਣੇ ਪ੍ਰਧਾਨ ਨੇ, 500 ਲੈ ਕੇ, ਇੱਕ ਇੱਕ ਬੋਤਲ ਲੈ ਕੇ, ਇੱਕ ਇੱਕ ਫਰਿੱਜ ਲੈ ਕੇ, ਇੱਕ ਇੱਕ ਮਸ਼ੀਨ ਲੈ ਕੇ, ਜਿਹੜੇ ਤੁਸੀਂ ਪ੍ਰਧਾਨ ਚੁਣੇ ਨੇ ਉਹਨਾਂ ਕੌਮ ਦਾ ਬੜਾ ਸਵਾਰਥ ਹੈ। ਜੇ ਕਿਤੇ ਤੁਸੀਂ ਹੁੰਦੇ ਹੋ ਰਹਿਤ ਵਾਲੇ, ਆਖੋ ਵਾਹਿਗੁਰੂ, ਕੀ ਹੁੰਦੇ ਹੋ? ਅਤੇ ਤੁਹਾਡਾ ਚੁਣਿਆ ਹੁੰਦਾ ਪ੍ਰਧਾਨ, ਅਤੇ ਕੌਮ ਨੂੰ ਬਾਹੋਂ ਫੜ ਕੇ ਮੰਝ ਧਾਰ ਦੇ ਵਿੱਚੋਂ ਕਿਸੇ ਬੰਨੇ ਲਾ ਦਿੰਦਾ, ਜਿਤਨਾ ਦੇ ਤੁਸੀਂ ਉਤਨਾ ਦੇ ਸਾਡੇ ਪ੍ਰਧਾਨ। ਗੁਰੂ ਕਿਰਪਾ ਕਰੇ, ਬਹੁਤਾ ਸਮਾਂ ਨਹੀਂ, ਆਖੋ ਵਾਹਿਗੁਰੂ, ਉੱਚੀ ਬੋਲੋ। ਸਿੱਖ ਬਣ ਜਾਈਏ ਫਿਰ ਗਰੰਟੀ ਹੈ ਸਤਿਗੁਰ ਸਿੱਖ ਕੀ, ਸੇਵਕ ਕੋ ਗੁਰ ਸਦਾ, ਸਿੱਖ ਕੀ ਗੁਰ ਦੁਰਮਤ ਮਲ ਹਿਰੈ। ਉਹ ਸਿੱਖ ਬਣ ਜਾਓ, ਇਹਦਾ ਕੰਮ ਆ ਫਿਰ ਕੱਪੜਾ ਜਿਹੜਾ ਤੁਸੀਂ ਪਾ ਲਿਆ ਉਹਨੂੰ ਤੁਸੀਂ ਸਫਾਈ ਕਰਦੇ ਹੋ ਕਿ ਨਹੀਂ? ਬੋਲੋ। ਨਹੀਂ ਪਤਾ ਲੱਗਾ? ਕੀ ਕਿਹਾ ਮੈਂ? ਜਿਹੜਾ ਕੱਪੜਾ ਤੁਹਾਡੇ ਗਲਤ ਸੀ
ਪਾ ਲਿਆ ਫਿਰ ਨਜ਼ਰ ਆਉਂਦਾ ਕਿ ਨਹੀਂ। ਜਿਹੜਾ ਸਿੱਖ ਗੁਰੂ ਨੂੰ ਪਹਿਨਾਇਆ ਗਿਆ ਉਹਦੀ ਮੈਲ ਗੁਰੂ ਨੂੰ ਦਿਸਦੀ ਆ। ਜਿਸ ਤਰ੍ਹਾਂ ਤੁਸੀਂ ਆਪਣਾ ਚੋਲਾ ਧੋਂਦੇ ਹੋ, ਕੱਪੜੇ ਧੋਂਦੇ ਹੋ, ਸੂਟ ਧੋਂਦੇ ਹੋ, ਇਸ ਤਰ੍ਹਾਂ ਗੁਰੂ ਆਪਣੇ ਸਿੱਖ ਨੂੰ ਨਾਲੋ ਨਾਲ ਧੋਈ ਜਾਂਦਾ ਹੈ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਫਿਰ ਬਿਲਕੁਲ ਕੱਢੀ ਹੋਈ ਮੈਲ ਵਾਲਾ ਸਿੱਖ ਗੁਰਬਚਨੀ ਹਰ ਨਾਮ ਉਚਰੇ, ਸਤਿਗੁਰ ਸਿੱਖ ਕੇ ਗੁਰ ਕਾ ਸਿੱਖ ਝੋਲੀ ਕਰਕੇ ਵੇਖ, ਸਤਿਗੁਰ ਸਿੱਖ ਕਉ ਨਾਮ, ਨਾਮ ਦਾ ਧਨ ਬਖਸ਼ਦਾ ਹੈ। ਜਿਹਨੂੰ ਧਨ ਬਖਸ਼ ਦਿੱਤਾ ਨਾਮ ਦਾ, ਆ ਜਿੰਨੇ ਪੈਸੇ ਵਾਲੇ ਲੋਕ ਆ, ਪਤਾ ਨਹੀਂ ਮੈਨੂੰ ਕਹਿੰਦੇ ਹੋਣਗੇ ਤੈਨੂੰ ਕੀ ਪੀੜ ਹੁੰਦੀ ਸਾਡੇ ਪੈਸਿਆਂ ਤੋਂ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਸਾਰੇ, ਹੇ ਵਾਹਿਗੁਰੂ ਜਿੱਦਣ ਦੀ ਇਹ ਮੇਰੇ ਕੋਲ ਆਈ ਮੇਰੀ ਨੌਂ ਹੀ ਨਿਤਨੇਮ ਕਰਨ ਨੂੰ ਹਟ ਗਈ, ਮੇਰੇ ਬੱਚੇ ਹੀ ਨਿਤਨੇਮ ਕਰਨ ਨੂੰ ਹਟ ਗਏ, ਦਿਨ ਜੀ ਧਿਆਨ ਰਹਿੰਦਾ। ਇਸ ਕਰਕੇ ਮੈਂ ਮਾਇਆ ਨੂੰ ਨਿੰਦਦਾ, ਮਾਇਆ ਮਾੜੀ ਨਹੀਂ, ਮਾਇਆ ਗੁਜਰਾਨ, ਪੁੱਤਰ ਨਿਸ਼ਾਨ, ਔਰਤ ਇਮਾਨ ਚਾਹੀਦੀ, ਮਗਰ ਕਿੰਨੀ ਗੁਜ਼ਾਰੇ ਜੋਗੀ। ਜਿਹੜੀਆਂ ਭਰ ਭਰ ਕੇ ਪੇਟੀਆਂ ਰੱਖੀਆਂ ਜੇ ਨਾ, ਇਹਨਾਂ ਨੇ ਤੇ ਤੁਹਾਡੇ ਬੱਚਿਆਂ ਨੂੰ ਗੁਰੂ ਤੋਂ ਦੂਰ ਹੀ ਕਰਨਾ ਹੈ। ਆਖੋ ਇਹ ਗੁਰੂ ਮੇਰੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਵੱਡੇ ਭਾਗਾਂ ਵਾਲਾ ਸਿੱਖ ਆ ਜਿਹਨੂੰ ਸਤਿਗੁਰ ਸਿੱਖ ਕਹੋ, ਗੁਰ ਕਾ ਸਿੱਖ ਜਿਹਨੂੰ ਨਾਮ ਦਾ ਧਨ ਬਖਸ਼ ਦਿੱਤਾ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਆਣ ਕੇ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੇ, ਨਾਨਕ ਸਤਿਗੁਰ ਸਿੱਖ ਕੋ। ਰਾਮ ਸਿੰਘ ਨੇ ਕਿਹਾ, ਇੱਕ ਮਿੰਟ ਦਿੰਦੇ ਹੋ ਜੀ ਸੈਕਟਰੀ ਸਾਹਿਬ? ਅੱਛਾ, ਰਾਮ ਸਿੰਘ ਨੇ ਕਿਹਾ ਵੀ ਸਤਿਗੁਰੂ ਮੈਂ ਸੁਣਿਆ ਵੀ ਜਿੱਦਣ ਬੰਦਾ ਮਰਦਾ ਹੈ ਤਿੰਨ ਫਰਿਸ਼ਤੇ ਨੇ ਜਿਹੜੇ ਦੀ ਜਾਨ ਕੱਢਦੇ, ਤਿੰਨ ਫਰਿਸ਼ਤੇ ਆ, ਪਤਾ ਜੇ ਕਿ ਨਹੀਂ? ਇੱਧਰ ਵੇਖੋ ਪੁੱਤ, ਨੀਂਦ ਨਾ ਜੇ ਮੇਰੀ ਦੱਚੀਏ, ਅੱਖਾਂ ਨਹੀਂ ਮਿੱਟੀ ਦੀਆਂ। ਆਖੋ ਵਾਹਿਗੁਰੂ, ਤਿੰਨ ਫਰਿਸ਼ਤੇ, ਇੱਕ ਅਜਰਾਈਲ ਗਿਣੋ, ਜਬਰਾਈਲ ਅਤੇ ਮਕਾਈਲ, ਇਹ ਰਜੋ ਤਮੋ ਸਤੋ ਦੀਆਂ ਤਿੰਨ ਬਿਰਤੀਆਂ ਦੇ ਵੱਖਰੇ ਵੱਖਰੇ ਫਰਿਸ਼ਤੇ ਆ। ਰਜੋ ਵਾਲਿਆਂ ਨੂੰ ਕੌਣ ਲੈਣ ਆਉਂਦਾ ਹੈ, ਤਮੋ ਵਾਲਿਆਂ ਨੂੰ ਕੌਣ ਲੈਣ ਆਉਂਦਾ ਹੈ, ਸਤੋ ਵਾਲਿਆਂ ਨੂੰ ਕੌਣ ਲੈਣ ਆਉਂਦਾ ਹੈ? ਅਤੇ ਸਤਿਗੁਰੂ ਜਿਹੜਾ ਤੁਹਾਡਾ ਗੁਰੂ ਕਾ ਸਿੱਖ ਰਜੋ ਤਮੋ ਸਤੋ ਤੋਂ ਉੱਤੇ ਉੱਠ ਖਲੋਤਾ ਹੈ, ਅਤੇ ਜਿਹਨੇ ਪੰਜ ਕਕਾਰ ਪਾਏ ਨੇ ਅਤੇ ਪੰਜ ਬਾਣੀਆਂ ਪੜ੍ਹਦਾ ਹੈ, ਉਹਨੂੰ ਕਿਹੜਾ ਫਰਿਸ਼ਤਾ ਲੈਣ ਆਉਂਦਾ ਹੈ? ਸਤਿਗੁਰ ਸਿੱਖ ਕੋ ਜੀ ਕਲੇਜੇ ਨਾਲ ਲਾਉਂਦਾ। ਅਤੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ, ਰਾਮ ਸਿੰਘਾ ਉਹਨੂੰ ਕੋਈ ਫਰਿਸ਼ਤਾ ਲੈਣ ਨਹੀਂ ਆਉਂਦਾ, ਧਿਆਨ ਦਿਓ ਉਹਨੂੰ। ਮਹਾਰਾਜ ਸੁਣਿਆ ਹੈ ਵੀ ਹਰ ਜੀਵ ਦੀ ਜਾਨ ਫਰਿਸ਼ਤਾ ਜਮ ਕੱਢਣ ਆਉਂਦੇ, ਅਤੇ ਤੁਸੀਂ ਕਹਿੰਦੇ ਹੋ ਵੀ ਜਿਹੜੇ ਨੇ ਗਾਤਰਾ ਪਾਇਆ ਅਤੇ ਜਿਹੜਾ ਪੰਜ ਬਾਣੀਆਂ ਦਾ ਨਿਤਨੇਮੀ ਰਹਿਤ ਵਾਲਾ ਸਿੱਖ ਆ, ਉਹਨੂੰ ਕੋਈ ਜਮ ਲੈਣ ਨਹੀਂ ਆਉਂਦਾ? ਸੁਣ ਕੇ ਯਮ ਕੇ ਦੂਤ ਉਹ ਪਿੱਛੇ ਰਹਿੰਦੇ, ਕਹਿੰਦੇ ਮਹਾਰਾਜ ਮੈਂ ਉੱਥੇ ਕੀ ਲੈਣ ਲੈਣਾ, ਉੱਥੇ ਤੇ ਗੋਬਿੰਦ ਗੋਬਿੰਦ ਤੇ ਆਇਆ ਜਾ ਰਿਹਾ, ਮਹਾਰਾਜ ਮੈਂ ਮਰਨਾ ਉੱਥੇ ਜਾ ਕੇ, ਫਿਰ ਕੌਣ ਲੈਣ ਆਉਂਦਾ ਹੈ? ਕਲਗੀਧਰ ਪਾਤਸ਼ਾਹ ਨੇ ਹਜ਼ੂਰ ਸਾਹਿਬ ਦੀ ਧਰਤੀ ਤੇ ਬਚਨ ਕੀਤੇ, ਰਾਮ ਸਿੰਘਾ ਜਿਹੜਾ ਰਹਿਤ ਵਾਲਾ ਸਿੱਖ ਆ ਉਹਨੂੰ ਮੈਂ ਆਪ ਲੈਣ ਆਉਣਾ। ਜਿਸ ਤਰ੍ਹਾਂ ਇੱਕ ਛੋਟੇ ਜਿਹੇ ਬੱਚੇ ਨੂੰ ਗੱਲ ਨਾ ਲਾ, ਸਿੱਖ ਨੂੰ ਆਪਣੇ ਗੱਲ ਨਾ ਲਾ ਕੇ ਭਵਜਲ ਨਦੀ ਤੋਂ ਪਾਰ ਕਰ ਦੇ, ਮੇਰੀ ਉਹ ਬੱਚੀ ਉਹ ਗੁਰਸਿੱਖੋ ਦੀਵਾਨ ਚਾਹੋ ਚੇਂਜ ਹੋਣ ਲਈ।
ਕੀ ਆਖਿਆ ਮੈਂ? ਇੱਕ ਵਾਰ ਬੋਲ ਦਿਓ ਸਮਾਪਤੀ ਕਰੋ। ਜਿੰਨੇ ਘਰੋਂ ਪੜ੍ਹ ਕੇ ਆਇਆ ਕਰੋ ਵੀ ਅੱਜ ਮੇਰੇ ਕਿੰਨੇ ਨੰਬਰ ਆ, ਅੱਜ ਮੈਂ ਸੁਣ ਕੇ ਕਿੰਨੇ ਨੰਬਰ ਹੋਰ ਵਿੱਚ ਜੋੜ ਕੇ ਲਿਆਉਣੇ, ਕਿੰਨਾ ਮੈਂ ਸੁਧਰਿਆ ਵਾਂ, ਅਤੇ ਕੱਲ੍ਹ ਨੂੰ ਹੋਰ ਮੈਂ ਗੁਰੂ ਦੀ ਬਾਣੀ ਸੁਣ ਕੇ, ਬਾਣੀ ਦੇ ਸ਼ਬਦ ਸੁਣ ਕੇ, ਸਤਿਗੁਰੂ ਦੀ ਅੰਮ੍ਰਿਤ ਬਾਣੀ ਸੁਣ ਕੇ ਮੈਂ ਕਿਹੜੇ ਕਿਹੜੇ ਔਗਣ ਆ ਜਿਹੜੇ ਵਿੱਚੋਂ ਕੱਢ ਕੇ ਬਾਹਰ ਸੁੱਟਣੇ ਆ। ਇਸ ਕਰਕੇ ਗੁਰਦੁਆਰੇ ਆਓ, ਉੱਥੇ ਲਿਖਿਆ ਗੁਰਦੁਆਰੇ ਹੋਏ, ਅਤੇ ਜੇ ਸੋਝੀ ਲੈਣ ਨਹੀਂ ਆਏ ਤਾਂ ਕੜਾਹ ਪ੍ਰਸ਼ਾਦ ਤਾਂ ਆਪਾਂ ਕਰੋੜਾਂ ਜਨਮਾਂ ਤੋਂ ਲੈ ਹੀ ਰਹੇ ਹਾਂ। ਕਦੀ ਫੁੱਲੀਆਂ ਲੈਂਦੇ ਸਾਂ, ਕਦੀ ਪਤਾਸੇ ਲੈਂਦੇ ਸਾਂ, ਕਦੀ ਕੁਛ ਲੈਂਦੇ ਸਾਂ, ਕਦੀ ਹੁਣ ਕੜਾਹ ਪ੍ਰਸ਼ਾਦ ਲੈਂਦੇ ਹਾਂ। ਕੜਾਹ ਪ੍ਰਸ਼ਾਦ ਬੜਾ ਮੁਬਾਰਕ ਹੈ, ਮਗਰ ਇਹਦੇ ਤੋਂ ਉੱਤੇ ਇੱਕ ਪ੍ਰਸ਼ਾਦ ਆ, ਜੈ ਪ੍ਰਸਾਦ ਸਭ ਕੀ ਗੱਤ ਹੋਏ ਹੈਗਾ। ਕਿਹੜੀ ਬਾਣੀ 'ਚ? ਜੇ ਪ੍ਰਸਾਦ ਗੱਤ ਬਣੇ ਭਲਾ, ਜਿਹੜੇ ਪ੍ਰਸ਼ਾਦ ਨਾਲ ਸਭ ਦਾ ਭਲਾ ਹੁੰਦਾ ਹੈ, ਉਹ ਕੀ ਹੈ ਨੀ? ਨਾਨਕ ਜਾਪ ਜਪੇ ਜਪ ਸੋ, ਜਾਪ ਜਪੋ, ਵਾਹਿਗੁਰੂ ਦਾ ਸਿਮਰਨ ਕਰੋ। ਕੱਲ੍ਹ ਦੇ ਦੀਵਾਨ ਵਿੱਚ ਫਿਰ ਆਪ ਜੀ ਦੇ ਦਰਸ਼ਨ ਕਰੂੰਗਾ। ਫਿਰ ਬੇਨਤੀ ਕਰਦਾ ਮੇਰੀਆਂ ਧੀਆਂ ਵੀਰਾਂ, ਜਿੰਨਾ ਅੰਮ੍ਰਿਤ ਨਹੀਂ ਛਕਿਆ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਜਿੰਨਾ ਛਕਿਆ ਤਾਂ ਭਾਈ ਕਿਤੇ ਕੁਰਹਿਤ ਹੋ ਗਈ ਆ। ਸ਼ੱਕ ਨਾ ਕਰੋ, ਢਿੱਲ ਨਾ ਕਰੋ, ਸੰਘੋ ਨਾ, ਆਪਣੇ ਬਾਪ ਨੂੰ ਦੱਸੋ ਪਿਤਾ ਜੀ ਗਲਤੀ ਹੋ ਗਈ। ਜੈਸਾ ਬਾਲਕ ਭਾਏ ਸਿਪਾਹੀ, ਕਰ ਉਪਦੇਸ਼ ਝਿੜਕੇ ਬਹੁਪਾਤੀ, ਬਹੁਤ ਪਿਤਾ ਪਿਛਲੇ ਰੱਬ ਅੱਗੇ ਮਾਰ ਦਿੱਤਾ। ਪਿਤਾ ਕੁਛ ਨਹੀਂ ਕਹੂਗਾ, ਪਿਛਲੇ ਗੁਨਾਹ ਬਖਸ਼ ਦੂਗਾ, ਅੱਗੇ ਰਾਹ ਪਾ ਦੂਗਾ। ਇੱਕ ਕੱਲ੍ਹ ਦਾ ਦੀਵਾਨ, ਫਿਰ ਦੋ ਦੀਵਾਨ ਗੁਰਦੁਆਰਾ ਨਾਨਕ ਪਿਓ ਸਾਹਿਬ ਦੇ ਕੋਲ ਵਿਜੇਨਗਰ ਨੇ। ਪੰਜ ਦਿਨ ਦੇ ਦੀਵਾਨ ਆਪ ਜੀ ਦੇ ਜੋੜੇ ਝਾੜਨ ਲਈ ਕਲਗੀਆਂ ਵਾਲੇ ਪਾਤਸ਼ਾਹ ਨੇ ਭੇਜਿਆ ਸੀ। ਦਿੱਲੀ ਦੇ ਹਾਲਾਤ ਚੰਗੇ ਨਹੀਂ, ਸੁਣ ਲਓ ਚੰਗੀ ਤਰ੍ਹਾਂ ਕੀ ਕਿਹਾ ਮੈਂ। ਪਤਾ ਜੇ ਕਿਤਨਾ ਜੋ ਤੁਹਾਡੇ ਘਰ ਸੜੇ ਸੀ, ਜਿਤਨਾ ਉਸੇ ਤਰ੍ਹਾਂ ਅੱਜ ਉੱਥੇ ਘਰ ਸੜੇ ਨੇ, ਉਸੇ ਤਰ੍ਹਾਂ ਲੋਕ ਕੋਠੇ ਟੱਪ ਟੱਪ ਕੇ ਬਾਹਰ ਗਏ ਨੇ, ਧੀਆਂ ਬਚਾਈਆਂ, ਘਰਾਂ ਦੁਕਾਨਾਂ ਸੜੀਆਂ, ਅਤੇ ਸਿੱਖੋ ਪੜੋਸੀ ਕੇ ਜੋ ਹੋਆ, ਜੋ ਪੜੋਸੀ ਦੇ ਘਰ 'ਚ ਹੋਇਆ ਨਾ, ਅਤੇ ਉਦੋਂ ਵੀ ਬਾਬਾ ਜਰਨੈਲ ਸਿੰਘ ਸਾਹਿਬ ਕਹਿ ਗਿਆ ਸੀ ਅਤੇ ਮੈਂ ਤਾਂ ਉਹਦੇ ਘਰਾਂ ਉਹਦੇ ਜੋੜਿਆਂ ਵਰਗਾ ਵੀ ਨਹੀਂ। ਮੈਂ ਤੁਹਾਨੂੰ ਕਹਿੰਦਾ, ਹਰ ਸਿੱਖ ਦੇ ਘਰ 'ਚ ਸ੍ਰੀ ਸਾਹਿਬ ਜੀ ਹੋਏ ਸਹਾਏ। ਬੋਲੋ, ਤੁਹਾਡੀ ਸਹਾਇਤਾ ਟੀ ਵੀ ਨੇ ਨਹੀਂ ਜੇ ਕਰਨੀ, ਫੋਨ ਨੇ ਨਹੀਂ ਜੇ ਕਰਨੀ, ਫਰਿੱਜਾਂ ਨੇ ਨਹੀਂ ਜੇ ਕਰਨੀ। ਉਦੋਂ 84 'ਚੋਂ ਮਰਦ ਕਹਿ ਗਿਆ ਸੀ, ਆ ਮੈਂ ਤਾਂ ਚੌਂਕੀਦਾਰ ਹਾਂ ਗੁਰੂ ਨਾਨਕ ਦੇ ਘਰ ਦਾ, ਉਹ ਕਿੱਥੇ ਅਤੇ ਮੈਂ ਕਿੱਥੇ। ਮਗਰ ਬੇਨਤੀ ਜ਼ਰੂਰ ਕਰਦਾ, ਕਿਸੇ ਨੂੰ ਮਾਰਨ ਨੂੰ ਨਹੀਂ, ਆਪਣੀ ਇੱਜ਼ਤ ਬਚਾਉਣ ਨੂੰ। ਕਿਰਪਾ ਆਨ, ਕਿਰਪਾ ਆਨ, ਕਿਰਪਾਨਾ ਘਰ 'ਚ ਰੱਖੋ ਅਤੇ ਚੰਗੀਆਂ ਰੱਖੋ। ਆਹ 200-200 ਰੁਪਏ ਵਾਲੀਆਂ ਬਲੇਟਾਂ ਨਹੀਂ, ਇਹ ਤਾਂ ਵੇਖੀਆਂ ਟੁੱਟ ਜਾਂਦੀਆਂ ਨੇ। ਚੰਗੇ ਚੰਗੇ ਤੇਗੇ ਘਰ 'ਚ ਖਰੀਦ ਕੇ ਰੱਖੋ, ਸ਼ਸਤਰਧਾਰੀ ਹੋ, ਤਾਂ ਕਿ ਆਪਾਂ ਗੁਰੂ ਪੰਥ ਦੀ ਆਮ ਅਤੇ ਸ਼ਾਨ ਨੂੰ ਬਰਕਰਾਰ ਰੱਖੀਏ, ਗੁਰਦੁਆਰਿਆਂ ਦੀ ਮਰਿਆਦਾ ਨੂੰ ਬਰਕਰਾਰ ਰੱਖੀਏ। ਵਾਹਿਗੁਰੂ ਜੀ ਕਾ ਖਾਲਸਾ।